ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ। ਗੁਰਵੱਡ ਭਾਗੀ ਪਾਇਆ ਐਸਾ, ਗੁਰਵੱਡ ਭਾਗੀ ਪਾਇਆ, ਗੁਰਵੱਡ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ, ਭੁੱਲੇ ਮਾਰਗ ਜਿਨੇ ਬਤਾਇਆ। ਗੁਰਵੱਡ ਭਾਗੀ ਪਾਇਆ ਐਸਾ, ਗੁਰਵੱਡ ਭਾਗੀ ਪਾਇਆ, ਗੁਰਵੱਡ ਭਾਗੀ ਪਾਇਆ ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਬਲ ਬਲ ਜਾਈਏ, ਵਾਰੇ ਵਾਰੇ ਬਲ ਬਲ ਜਾਈਏ। ਆਪ ਮੁਕਤ ਮੋਹਿ ਤਾਰੇ, ਆਪ ਮੁਕਤ ਮੋਹਿ ਤਾਰੇ, ਆਪ ਜਨ ਆਵਣ ਕਾ, ਜਨ ਆਵਣ ਕਾ ਇਹ ਹੈ ਸਵਾਬ ਦਾ ਮਤਲਬ ਵੱਖਰੀ ਕਿਹੜੀ ਮਨੋਰਥ, ਮਨੋਰਥ ਸੇਵਕ ਦੇ ਆਉਣ ਦਾ ਮਨੋਰਥ ਇਹ ਹੈ ਜਨ ਕੈ ਸੰਗ ਚਿੱਤ, ਐਸਾ ਜਨ ਆਇਆ ਜਨ ਨਾਨਕ ਸਿਰ ਢੱਕਦੇ ਕਿ ਨਹੀਂ, ਮੇਰਾ ਸਿਰ ਢੱਕੋ, ਆਖੋ ਵਾਹਿਗੁਰੂ, ਪਤਾ ਲੱਗਾ ਐਸਾ ਜਨ ਆਇਆ। ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਗੁਰੂ ਨਹੀਂ ਕਹਿੰਦੇ, ਕੀ ਕਹਿੰਦੇ? ਜਨਮਣੇ ਸੇਵਕ। ਅਤੇ ਉਹਨਾਂ ਦੇ ਆਉਣ ਦਾ ਮਨੋਰਥ ਇਹ ਹੈ ਕਿ ਦੁਨੀਆ ਜਿਹਨੂੰ ਭੁੱਲ ਗਈ ਉਹ ਚੇਤੇ ਆ ਜਾਏ, ਅਖੋਏ ਜਨ ਕਾ ਸੰਗ ਚਿੱਤ, ਜਿਹੜੀ ਚੀਜ਼ ਸੰਸਾਰ ਨੂੰ ਭੁੱਲ ਗਈ, ਕਿਸੇ ਕਬਰ ਨੂੰ, ਕਿਸੇ ਮੱਟੀ ਨੂੰ, ਕਿਸੇ ਦੇਹ ਨੂੰ ਨਹੀਂ। ਆ ਪਿੱਛੇ ਪੜੋ, ਪੂਰੇ ਦਾ ਪੂਰਾ ਗੁਰੂ ਦੀ ਮਹਿਮਾ 'ਚ ਲਿਖਿਆ ਸ਼ਬਦ, ਗੁਰਦੇਵ ਮਾਤਾ, ਗੁਰਦੇਵ, ਸਾਰਾ ਗੁਰਦੇਵ ਤੇ ਸ਼ਬਦ। ਸਾਰਾ ਸ਼ਬਦ ਵਿਆਖਿਆ ਹੀ ਗੁਰਦੇਵ ਦੀ ਕੀਤੀ। ਸਤਨਾਮ ਜਿਸ ਮੰਤਰ ਸੁਣਾਇਆ, ਸਤਨਾਮ ਦਾ ਮਤਲਬ ਸੱਚਾ ਨਾਮ, ਆਖੋ ਵਾਹਿਗੁਰੂ। ਸਤਨਾਮ ਦਾ ਮਤਲਬ
ਕਈ ਪ੍ਰਾਣੀਆਂ ਨੇ ਤਰ੍ਹਾਂ ਦਾ ਭੁਲੇਖਾ ਖੜਾ ਕੀਤਾ ਹੈ ਵੀ ਬਾਬੇ ਨੇ ਕਿਹਾ ਵੀ ਗੁਰਮੰਤਰ ਸਤਨਾਮ ਹੈ। ਹੁਸ਼ਿਆਰਪੁਰ ਦੇ ਵਿੱਚ ਇੱਕ ਸੰਤ ਆ, ਉਹ ਵਾਹਿਗੁਰੂ ਨਹੀਂ ਜਪਾਉਂਦਾ, ਉਹ ਸਤਨਾਮ ਜਪਾਉਂਦਾ। ਸਤਨਾਮ ਦਾ ਮਤਲਬ ਕੀ ਆ? ਸੱਚਾ ਨਾਮ। ਸੱਚਾ ਨਾਮ ਜਿਹਨੇ ਜਪਾਇਆ, ਅਤੇ ਨਾਮ ਕੀ? ਵਾਹਿਗੁਰੂ। ਦ੍ਰਿੜ ਕਰਿਓ, ਨਾਮ ਕੀ? ਵਾਹਿਗੁਰੂ। ਤਾਂ ਥੱਲੇ ਨਾਲ ਕਿਸੇ ਚੰਗੀ ਬੁੱਧੀ ਵਾਲੇ ਇਨਸਾਨ ਨੇ ਜਦੋਂ ਕਦੀ ਗੁਰਦੁਆਰਾ ਬਣਿਆ 1943 'ਚ, ਜਦੋਂ ਸਤਨਾਮ ਜਿਸ ਮੰਤਰ ਸੁਣਾਇਆ ਨਾ, ਸੱਚਾ ਨਾਮ ਮੰਤਰ ਸੁਣਾਇਆ, ਅਤੇ ਨਾਲ ਹੀ ਲਿਖ ਦਿੱਤਾ ਨਾਮ ਕੀ ਆ? ਵਾਹਿਗੁਰੂ ਗੁਰਮੰਤਰ ਹੈ। ਇੰਨਾ ਉਹ ਸੁਚੇਤ ਸੀ ਲਿਖਣ ਵਾਲਾ, ਆਖੋ ਵਾਹਿਗੁਰੂ, ਪਤਾ ਲੱਗ ਗਿਆ। ਇੰਨਾ ਉਹ ਲਿਖਣ ਵਾਲਾ ਜਿਹਨੇ ਆਖਿਆ ਵੀ ਭੁੱਲ ਨਾ ਜਾਇਓ। ਉਸ ਗੁਰਦੇਵ ਨੇ ਆਪ ਮੁਕਤ, ਮੁਕਤ ਕਰੇ ਨਾਨਕ ਤਿਸ ਜਨ ਕੋ। ਗੁਰ ਵੱਡ ਭਾਗੀ ਪਾਇਆ ਐਸਾ, ਗੁਰ ਵੱਡ ਭਾਗੀ ਪਾਇਆ, ਗੁਰ ਵੱਡ ਭਾਗੀ ਪਾਇਆ ਐਸਾ ਗੁਰੂ ਜਿਹਦੀ ਇੰਨੀ ਮਹਿਮਾ ਲਿਖੀ। ਕਿੰਨੀ? ਜਿਹੇ ਜਿਹੇ, ਜਿਹਦੇ ਮਤਲਬ ਜਿਹਦੇ ਉੱਤੇ, ਜਿਹੇ ਠਾਕਰ ਸੋ ਪ੍ਰਸੰਨ ਪਿਓ। ਪ੍ਰਸੰਨ ਨਹੀਂ, ਸੋ ਪ੍ਰਸੰਨ, ਜਿਹਦੇ 'ਤੇ ਮਾਲਕ ਸੋ ਪ੍ਰਸੰਨ ਹੋਇਆ। ਸਤ ਸੰਗਤ ਤਿਹੇ ਪਿਆਰ, ਨਹੀਂ ਪਤਾ ਲੱਗਾ ਪੁੱਤ? ਨਹੀਂ ਨਹੀਂ ਪਤਾ ਲੱਗਾ? ਜਿਹਦੇ 'ਤੇ ਠਾਕੁਰ ਸੋ ਪ੍ਰਸੰਨ ਹੋਇਆ, ਉਹਦਾ ਸਤ ਸੰਗਤ ਨਾਲ ਪਿਆਰ ਪਿਆ। ਸਤ ਸੰਗਤ ਤਿਹੇ ਪਿਆਰ। ਅਤੇ ਅਗਲੀ ਤੁਕ ਵਿੱਚ ਸਰਕਾਰ ਨੇ ਇੰਨਾ ਸੋਹਣਾ ਲਿਖਿਆ ਹੈ, ਹਰ ਗੁਰ ਨਾਨਕ ਜਿਨ ਪਰਸਿਓ। ਅੱਜ ਵਾਲਾ ਮੇਰਾ ਮਾਲਕ ਜੋਤੀ ਜੋਤ ਸਮਾਉਣ ਵਾਲਾ, ਆਖੋ ਵਾਹਿਗੁਰੂ। ਹਰ ਗੁਰ ਨਾਨਕ ਜਿਨ ਪਰਸਿਓ, ਇਕੱਲਾ ਤਰਿਆ ਜੀ, ਤਿੰਨ ਸਭ ਕੁਲ ਕੀ ਉਧਾਰ, ਤਿੰਨ ਉਹਦੀਆਂ ਸਾਰੀਆਂ ਕੁਲਾਂ ਤਰ ਗਈਆਂ ਜਿਹਨੇ ਮੇਰੇ ਗੁਰੂ ਨਾਨਕ ਦੇ ਚਰਨ ਪਰਸੇ। ਬੜਾ ਵੱਡਾ ਹੈ। ਕਵਲ ਨੈਣ ਰਾਜਾ ਕਹਿੰਦਾ, ਆਖੋ ਵਾਹਿਗੁਰੂ। ਕਵਲ ਨੈਣ ਰਾਜਾ ਕਹਿੰਦਾ, ਸਤਿਗੁਰੂ ਵੇਖ ਲਿਆ ਤੁਹਾਡੀ ਅਜ਼ਮਤ ਨੂੰ, ਅਜ਼ਮਤ ਬਣੇ ਕਰਾਮਾਤ ਨੂੰ, ਪਾਵਰ ਨੂੰ। ਕਿਹਨੂੰ ਕਹਿੰਦਾ? ਗੁਰੂ ਨਾਨਕ ਸਾਹਿਬ ਨੂੰ। ਆਪਣੇ ਤਖ਼ਤ ਤੋਂ ਛਾਲ ਮਾਰ ਕੇ ਥੱਲੇ ਆ ਗਿਆ ਕਵਲ ਨੈਣ ਰਾਜਾ। ਸੰਗਲਾਦੀਪ, ਉਸ ਵੇਲੇ ਸ਼ਬਦ ਲਿਖਿਆ ਸੰਗਲਾਦੀਪ, ਅੱਜ ਤੇ ਤਮਿਲਨਾਡ ਆ, ਆਖੋ ਵਾਹਿਗੁਰੂ। ਅੱਜ ਉਸ ਇਲਾਕੇ ਨੂੰ ਤਮਿਲਨਾਡ ਕਹਿੰਦੇ, ਮਦਰਾਸ ਕਹਿੰਦੇ। ਇਸ ਇਲਾਕੇ ਦੇ ਵਿੱਚ ਮੇਰੀ ਸਰਕਾਰ ਗਈ, ਕਵਲ ਨੈਣ ਰਾਜਾ ਸਰਕਾਰ ਦੇ ਦੀਦਾਰ ਕੀਤੇ, ਅਤੇ ਦਰਸ਼ਨ ਭੇਟਤ ਉਤਰੀ ਭੁੱਖ। ਦਰਸ਼ਨ ਭੇਟਤ, ਜਿੱਦਣ ਕਦੀ ਗੁਰੂ ਦੇ ਦੀਦਾਰ ਹੁੰਦੇ ਸੱਚਮੁੱਚੇ, ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ, ਤੁਧ ਡਿੱਠੇ ਸੱਚੇ ਪਾਤਸ਼ਾਹ ਨਾਲ ਜਨਮ ਜਨਮ ਦੀ। ਇੱਕ ਜਨਮ ਦੀ ਨਹੀਂ, ਜ
ਜਨਮਾਂ ਦੀ ਮੈਲ ਲੱਥਦੀ ਜਿੱਦਣ ਕਦੀ ਗੁਰੂ ਦੇ ਦੀਦਾਰ ਹੁੰਦੇ। ਤੁਸੀਂ ਤੇ ਮੈਂ ਹੱਥ ਜੋੜਾਂ, ਇਹਨੂੰ ਟਿੱਪਣੀ ਨਾ ਸਮਝਣੀ। ਜੇ ਅੱਜ ਵੀ ਸਾਡੀ ਸੁਰਤ ਮੈਲੀ ਹੈ, ਸਾਡੇ ਵਿਚਾਰ ਮੈਲੇ ਨੇ, ਤੇ ਦਾਵਾ ਨਾ ਕਰਨਾ ਵੀ 45 ਸਾਲ ਗੁਰਦੁਆਰੇ ਆਇਆ ਅਤੇ ਮੈਨੂੰ ਗੁਰੂ ਦੇ ਦਰਸ਼ਨ ਹੋਏ ਨੇ। ਗੁਰੂ ਦੇ ਦਰਸ਼ਨ ਦੀ ਇੱਕ ਘੜੀ ਆਖੋ ਵਾਹਿਗੁਰੂ ਵਾਹਿਗੁਰੂ ਜਨਮ ਜਨਮ ਦੀ ਮੈਲ ਕੱਟ ਦਿੰਦੀ, ਜਨਮ ਜਨਮ ਦੀ ਮੈਲ ਕੱਟ ਦਿੰਦੀ ਜਿੱਦਣ ਕਿਸੇ ਨੂੰ ਦਰਸ਼ਨ ਹੁੰਦੇ। ਕਵਲ ਨੈਣ ਰਾਜੇ ਨੂੰ ਗੁਰੂ ਦੀ ਵਿਚਾਰ ਦੇ ਦੀਦਾਰ ਹੋ ਗਿਆ, ਬੜਾ ਡਾਢਾ ਪ੍ਰਭਾਵਿਤ ਇੱਥੋਂ ਹੋਇਆ ਵੀ ਮੋਤੀਆਂ ਅਤੇ ਹੀਰਿਆਂ ਦਾ ਅਤੇ ਜਵਾਹਰਾਤਾਂ ਦਾ ਇੱਕ ਥਾਲ ਭਰ ਕੇ ਲਿਆਇਆ ਗੁਰੂ ਦੇ ਕੋਲ। ਕਿਹਦੇ? ਧੰਨ ਗੁਰੂ ਨਾਨਕ ਸਾਹਿਬ। ਇਹ ਸੁਣਿਓ ਗੁਰੂ ਕੇ ਸਿੱਖੋ, ਸੁਚੇਤਤਾ ਨਾਲ ਸੁਣਿਆ ਕਰੋ। ਹਰ ਗੁਰ ਨਾਨਕ ਜਿਨ ਪਰਸਿਆ ਤਿਨ ਸਭ ਕੁਲ ਕੀਓ ਪਦਾ। ਇਤਨਾ ਪਰਸੀ ਦਾ ਸੁਰਤ ਨੇ ਸ਼ਬਦ ਨੂੰ ਪਰਸਣਾ ਹੈ ਅਤੇ ਐਸੀ ਰਾਏ ਪੈਣਾ ਫਿਰ ਸਾਰੀਆਂ ਕੁਲਾਂ ਦੀਆਂ ਕੁਲਾਂ ਤਰ ਜਾਣੀਆਂ। ਅੱਜ ਇੱਥੇ ਤੁਹਾਡੇ ਵਿੱਚ ਇੱਕ ਪਰਿਵਾਰ ਹੈ, ਆਖੋ ਵਾਹਿਗੁਰੂ। ਪਤਾ ਨਹੀਂ ਬਜ਼ੁਰਗ ਆਏ ਨੇ ਕਿ ਨਹੀਂ, ਉਹਨਾਂ ਦੇ ਪਚੰਗੀ ਨੇ ਤੀਸਰੀ ਕੁਲ ਵਿੱਚ ਜਾ ਕੇ ਬਾਬੇ ਨਾਨਕ ਦੀ ਸਿੱਖੀ ਧਾਰਨ ਕਰ ਲਈ। ਪਿਛਲੀਆਂ ਸਾਰੀਆਂ ਕੁਲਾਂ ਸਹਿਜਧਾਰੀ ਨੇ। ਗੁਰਦੁਆਰੇ ਆਉਣ ਦਾ ਫਲ ਇਹ ਮਿਲ ਗਿਆ ਵੀ ਬਾਬੇ ਨਾਨਕ ਦੀ ਸਿੱਖੀ ਮਿਲ ਗਈ ਅਤੇ ਉਹ ਮੈਨੂੰ ਦੱਸਣ ਡਿਆ ਸੀ ਬਜ਼ੁਰਗ, ਆਖੋ ਵਾਹਿਗੁਰੂ। ਬਜ਼ੁਰਗ ਦੱਸਦੇ ਸੀ ਵੀ ਸਾਡੇ ਮਾਂ ਵੱਡੇ ਵਡੇਰੇ ਬੇਅੰਤ ਬਰਫ਼ ਪੈਂਦੀ 'ਚ ਨੰਗੇ ਪੈਰੀਂ ਇਸ ਦਰਬਾਰ ਦੀ ਕਦੀ ਗੈਰ ਹਾਜ਼ਰੀ ਨਹੀਂ ਸੀ ਕੀਤੀ, ਹਾਜ਼ਰੀ ਭਰਦੇ ਸੀ ਨੰਗੇ ਪੈਰ। ਤੂਫਾਨ ਆਵੇ, ਮੌਸਮ ਖਰਾਬ ਹੋਵੇ, ਸਾਡਾ ਬਜ਼ੁਰਗ ਜਿਹੜਾ ਸੀ ਅਤੇ ਉਸ ਕੀਤੀ ਹੋਈ ਸੇਵਾ ਦਾ ਗੁਰੂ ਨੇ ਫਲ ਬਖਸ਼ਿਆ। ਸਭ ਤੋਂ ਵੱਡੀ ਕੀ ਸੇਵਾ ਦਾ ਫਲ ਆ? ਗੁਰੂ ਦਾ ਸਰੂਪ ਮਿਲਣਾ, ਗੁਰੂ ਦੀ ਸਿੱਖੀ ਮਿਲਣੀ। ਪਕੜ ਰਹੇ ਹੋ ਗੁਰੂ ਕੇ ਸਿੱਖੋ? ਇੱਕ ਚੀਜ਼ ਗਵਾਚ ਗਈ ਤੁਹਾਡੇ ਘਰੋਂ ਅਤੇ ਇੱਕ ਚੀਜ਼ ਵੀ ਬੜੀ ਕੀਮਤੀ, ਇੱਕ ਚੀਜ਼ ਕਿਸੇ ਦੇ ਘਰੋਂ ਅਤੇ ਚੀਜ਼ ਵੀ ਬੜੀ ਕੀਮਤੀ, ਕੀ ਸਿੱਖੀ? ਜੇ ਉਹ ਦੁਬਾਰਾ ਫਿਰ ਕਿਤੇ ਤੀਸਰੀ ਪੀੜ੍ਹੀ 'ਚ ਮਿਲ ਜਾਂਦੀ, ਪਕੜ ਰਹੇ ਹੋ, ਤੀਸਰੀ ਪੀੜ੍ਹੀ 'ਚ ਆਣ ਕੇ ਫਿਰ ਮਿਲ ਜਾਂਦੀ ਤਾਂ ਲੱਖ ਵਾਰ ਸ਼ੁਕਰ ਕਰੋ। ਮੇਰੀ ਅਰਦਾਸ ਦੇ ਤੇ ਰੋਜ਼ ਸ਼ਬਦ ਸੀ, ਕਈ ਪੀੜ੍ਹੀਆਂ ਕੀਤੇ ਸਿੱਖਾਂ ਨੂੰ, ਬੋਲੋ। ਇੱਕ ਜਗ੍ਹਾ 'ਤੇ ਵੀ ਲਿਖਿਆ ਸਿੱਖਾਂ ਨੂੰ ਪੈਸਾ ਦਾਨ, ਸਿੱਖਾਂ ਨੂੰ ਪ੍ਰਧਾਨਗੀ ਦਾਨ, ਮੰਗਾਂ ਬਦਲ ਗਈਆਂ। ਆਖੋ ਵਾਹਿਗੁਰੂ। ਬੜੀ ਮੰਗ ਨਾ ਮੰਗ ਨੀਕਾ, ਸਭ ਤੋਂ ਉੱਤਮ ਕੀ ਹੈ? ਜਿਹੜਾ ਅਰਦਾਸ ਵਿੱਚ ਰੋਜ਼ ਰਿਪੀਟ ਹੁੰਦਾ ਉਹ ਮੰਗ ਕੀ ਹੈ? ਸਿੱਖਾਂ ਨੂੰ ਕੇਸ ਦਾਨ, ਰਹਿਤ ਦਾਨ, ਭਰੋਸਾ ਦਾਨ, ਵਿਵੇਕ ਦਾਨ, ਇਹ ਸਾਰਾ ਕੁਝ ਮੰਗਿਆ ਜਾਂਦਾ ਰੋਜ਼। ਅਤੇ ਕਿੰਨੀ ਅਰਦਾਸ ਕਿਤੇ ਅੰਦਰੋਂ ਜੁੜ ਗਈ ਹੋਊਗੀ, ਤੀਸਰੀ ਪੀੜ੍ਹੀ ਵਿੱਚ ਆਣ ਕੇ ਸਿੱਖੀ ਦਾ ਬੂਟਾ ਲੱਗ ਗਿਆ। ਆਖੋ ਵਾਹਿਗੁਰੂ। ਉਹਨਾਂ ਦਾ ਪਚੰਗੀ ਮੈਨੂੰ ਰਾਤੀਂ ਪੁੱਛਦਾ ਸੀ ਜਦੋਂ ਬੱਚੇ ਦੀ ਇੰਟਰੋਡਕਸ਼ਨ ਕਰਾਉਣ ਆਇਆ ਵੀ ਇਹ ਬੱਚਾ ਸਿੱਖ ਬਣ ਗਿਆ। ਹੁਣ ਮੈਂ ਕਿਸੇ ਦੀ ਤਾਰੀਫ ਨਹੀਂ ਕਰ ਰਿਹਾ, ਨਾਮ ਕਿਸੇ ਦਾ ਨਾਂ ਲੈ ਰਿਹਾ। ਬਹਿ ਗਿਆ ਚੌਂਕੜਾ ਮਾਰ ਕੇ,
ਅੱਖਾਂ ਮੀਟ ਲਈਆਂ ਬਾਪੂ। ਇਹ ਅੰਤਰੀ ਬਚਨ ਨੇ, ਅੰਤਰੀ ਬਚਨ ਨੇ। ਬਾਪੂ ਫੁਰਨਾ ਬਣਦਾ ਮੁੜ ਕਿਉਂ ਜਾਂਦਾ ਹੈ ਨਹੀਂ ਪਤਾ ਲੱਗਦਾ, ਫੁਰਨਾ ਮੁੜ ਕਿਉਂ ਜਾਂਦਾ ਹੈ। ਦਾਸ ਨੇ ਬੇਨਤੀ ਕੀਤੀ ਕਿੰਨੇ ਕੁ ਦਿਨ ਮੁੜੂ, ਕਿੰਨੇ ਕੁ ਦਿਨ ਮੁੜੂ। ਇੱਕ ਦਿਨ ਇਸ ਫੁਰਨੇ ਨੇ ਛਾਲ ਮਾਰ ਕੇ, ਪਿਓ ਵੀ ਕਹਿੰਦਾ ਸੀ ਮੈਨੂੰ ਸਿੱਖੀ ਮਿਲੇ, ਫੁਰਨਾ ਤਾਂ ਬਣਦਾ ਹੈ ਮਗਰ ਕਿਤੇ ਜਾ ਕੇ ਮੁੜ ਆਉਂਦਾ ਹੈ। ਬੋਲੋ ਨਾ ਗੁਰੂ ਕੇ ਸਿੱਖੋ, ਫੁਰਨਾ ਬਣਦਾ ਹੈ ਵੀ ਮੈਂ ਵੀ ਸਿੱਖੀ ਧਾਰਨ ਕਰਾਂ ਮਗਰ ਫੁਰਨਾ ਕਿਤੇ ਜਾ ਕੇ ਮੁੜ ਆਉਂਦਾ ਹੈ। ਅਤੇ ਦਾਸ ਨੇ ਉਹਨੂੰ ਬੇਨਤੀ ਕੀਤੀ ਸੀ ਮੁੜਨਾ, ਇੱਕ ਨਾ ਇੱਕ ਦਿਨ ਉਹਨੇ ਤੇਰੀ ਬਾਂਹ ਫੜ ਹੀ ਲੈਣੀ। ਰੋਜ਼ ਰੋਜ਼ ਤੁਰੇ ਜਾਂਦੇ ਨੂੰ ਇੱਕ ਨਾ ਇੱਕ ਦਿਨ ਬਾਂਹ ਫੜ ਕੇ ਕਹਿੰਦਾ ਲੰਘ ਆ ਅੰਦਰ, ਲੰਘ ਆ ਅੰਦਰ ਆ ਜਾ। ਕਮਲ ਨੈਣ ਰਾਜੇ ਨੇ, ਸੁਧਰ ਸੈਨ ਨੇ, ਉਹਦਾ ਮਾਮਾ ਸੀ ਸੁਧਰ ਸੈਨ, ਕਿਹਦਾ, ਕਮਲ ਨੈਣ ਰਾਜੇ ਦਾ, ਨਾਲ ਝੰਡਾ ਬਾਡੀ ਤਰਖਾਣ ਸੀ ਜਿਹਨੇ ਬਣਾ ਕੇ ਦਿੱਤੀ ਬਾਬੇ ਨੂੰ ਅੱਖ ਵਾਹਿਗੁਰੂ। ਇਹ ਤਿੰਨੇ ਦਰਸ਼ਨ ਕਰਨ ਆਏ ਸੀ ਜਿੱਦਣ ਰਾਜ ਭਾਗ ਛੱਡ ਕੇ ਗੁਰੂ ਨਾਨਕ ਦੇ ਪੈਰਾਂ 'ਚ ਬਹਿੰਦਾ ਹੈ, ਉਦਣ ਦੀ ਕਥਾ ਹੈ ਸੰਗਲਾ ਦੀ। ਸਰਕਾਰ ਨੇ ਪੁੱਛਿਆ ਕਮਲ ਨੈਣ ਨੇ ਕੀ ਆ, ਧਿਆਨ ਦਿਓ ਇਹ ਥਾਲ ਵਿੱਚ, ਸਾਰੇ ਬੋਲੋ ਆਨੰਦ ਆਓ ਕੀ ਹੈ। ਅਤੇ ਕਮਲ ਨੈਣ ਨੇ ਅੱਗੋਂ ਆਖਿਆ ਜੀ ਹੀਰੇ ਨੇ, ਜਵਾਹਰਾਤ ਨੇ, ਬੜੇ ਜਵਾਹਰਾਤ ਨੇ, ਬੜੇ ਲਾਲ ਨੇ, ਬੜਾ ਕੀਮਤੀ ਮਾਲ ਹੈ, ਕਿੱਧਰ ਲਿਆਇਆ ਹੈ, ਕਿੱਧਰ ਲਿਆਇਆ, ਤੁਹਾਨੂੰ ਦੇਣਾ ਹੈ, ਕਿੱਥੋਂ ਲਿਆਂਦੇ ਜੀ, ਅੱਖ ਵਾਹਿਗੁਰੂ, ਰਕਸ਼ਾ ਵਾਇਆ ਜੀ, ਕਿਰਤ ਕੀਤੀ ਉਹ ਪੈਸਾ ਲਿਆਇਆ ਮੇਰੇ ਕੋਲ, ਅੱਖ ਵਾਹਿਗੁਰੂ। ਆਹ ਜਿਹੜਾ ਹੈ ਨਾ ਬਾਬਾ, ਆਹ ਪਿੱਛੇ ਲਿਖਿਆ ਕਾਲ ਖਾਏ, ਇਹ ਉਸੇ ਮੇਰੇ ਬਾਬੇ ਦੇ ਬਚਨ ਜੇ, ਘਾਲਣਾ ਕਾਲ, ਰਕਸ਼ਾ ਵਾਹ, ਹਲ ਵਾਹ, ਦੁਕਾਨ ਕਰ, ਉਹਦੇ ਵਿੱਚੋਂ ਕੁਛ ਦੇ, ਨਾਨਕ ਰਾਹ। ਇਸ ਤਰ੍ਹਾਂ ਤਾਂ ਬੜਾ ਰੱਜਦਾ ਹੈ ਗੁਰੂ, ਜਿੰਨਾ ਕੜਾਹ ਪ੍ਰਸ਼ਾਦ ਚੜ੍ਹਦਾ ਨਾ ਰੋਜ਼, ਨਹੀਂ ਖਾਂਦਾ ਮੇਰਾ ਬਾਬਾ ਬੇਈਮਾਨੀ ਦੇ ਪੈਸੇ ਦਾ ਕੜਾਹ। ਨੋਟ ਕਰਿਓ, ਕੜਾਹ ਪ੍ਰਸ਼ਾਦ ਚੜ੍ਹਾਉਣ ਲੱਗੇ ਜੇ ਤੁਹਾਡੀ ਕਮਾਈ 'ਚ ਬੇਈਮਾਨੀ ਆ, ਉਹਨੇ ਪ੍ਰਸ਼ਾਦ ਨਹੀਂ ਛਕਣਾ, ਚੱਕਰ 'ਚ ਨਾ ਪਿਓ। ਜੇ ਤੁਹਾਡੇ ਪੈਸੇ 'ਚ ਬੇਈਮਾਨੀ ਕਿਤੇ ਛੁਪੀ ਪਈ, ਤੁਹਾਡੀ ਜ਼ਿੰਦਗੀ 'ਚ ਤੁਹਾਡੀ ਕਮਾਈ 'ਚ ਬੇਬੀਨੀ ਬੇਈਮਾਨੀ ਆ, ਤੁਹਾਡਾ ਚੜ੍ਹਾਇਆ ਰੁਮਾਲਾ ਉਹਨੇ ਨਹੀਂ ਲੈਣਾ, ਤੁਹਾਡੀਆਂ ਅੱਖਾਂ ਨੂੰ ਦਿਸਿਆ ਚੜ੍ਹਿਆ, ਉਹਨੇ ਪ੍ਰਵਾਨ ਨਹੀਂ ਕੀਤਾ। ਕਿਉਂ ਲਿਖਿਆ, ਅੰਗੀਕਾਰ ਉਹ ਕਰੇ ਤੇਰਾ, ਅੰਗੀਕਾਰ ਦਾ ਮਤਲਬ ਕੀ, ਪ੍ਰਵਾਨ ਕਰਨਾ, ਪ੍ਰਵਾਨ ਕਰਨਾ, ਕਿਸੇ ਭੁੱਲ 'ਚ ਨਵੇਂ ਰਹਿਣਾ ਵੀ ਬਾਬਾ ਨਾਨਕ ਆਪਣੇ ਅਸੂਲ ਬਦਲ ਦੂ। ਅੰਮ੍ਰਿਤ ਕਰਮੇ, ਅੰਮ੍ਰਿਤ ਕਰਮੇ, ਉਹਦਾ ਇੱਕ ਇੱਕ ਕਰਮ ਬਖਸ਼ਿਸ਼ ਜਿਹੜੀ ਅੰਮ੍ਰਿਤ ਨਾਲ ਭਰੀ। ਅੰਮ੍ਰਿਤ ਅੱਗੇ ਬੱਬੇ ਨਾਲ, ਪਹਿਲੋਂ ਮੰਮੇ ਨਾਲ ਆ, ਫਿਰ ਬੱਬੇ ਨਾਲ, ਉਹਦਾ ਅਰਥ ਆ ਅੰਮ੍ਰਿਤ। ਜੇ ਕੋਈ ਬ੍ਰਿਤੀ ਬਿਰਤ ਬ੍ਰਿਤ ਬ੍ਰਿਤ ਸ਼ਬਦ ਵੱਖਰਾ ਕਰ ਲਓ, ਬ੍ਰਿਤੀ ਅਤੇ ਬ੍ਰਿਤੀ ਘੜੀ ਮੁੜੀ ਚੇਂਜ ਹੁੰਦੀ ਰਹਿੰਦੀ,
ਨੋਟ ਕਰੋ ਗੁਰੂ ਕੇ ਸਿੱਖੋ ਜੇ ਆਪ ਸਾਨੂੰ ਪੜ੍ਹਨ ਵਾਲੇ ਬ੍ਰਿਤੀ ਇੱਕ ਇੱਕ ਮਿੰਟ 'ਚ ਉਹਦੇ ਅੱਗੇ ਆੜਾ ਲਾ ਦਿੱਤਾ। ਅੰਮ੍ਰਿਤ ਧਰਮ ਹੈ ਜਿਹੜੇ ਤੇਰੇ ਕਾਨੂੰਨ ਨੇ ਜਿਹੜੇ ਤੇਰੇ ਅਸੂਲ ਨੇ ਬਦਲਣ ਵਾਲੇ ਨੇ। ਤੁਸੀਂ ਇਹ ਨਾ ਕਹਿਣਾ ਵੀ ਜੇ ਮਲਕ ਭਾਗੋ ਨੂੰ ਕਿਹਾ ਸੀ ਤੇਰੇ ਪਰੌਂਠੇ ਨਹੀਂ ਖਾਣੇ ਖੀਰ ਨਹੀਂ ਖਾਣੀ ਅਤੇ ਬਾਬੇ ਨੇ ਆਪਣੇ ਅਸੂਲ ਬਦਲਤੇ ਹੋਣਗੇ ਕਲਯੁਗ ਦੇ ਵਿੱਚ। ਐਸੀ ਇੱਛਾ ਨਾ ਰੱਖਣੀ ਅੱਖ ਵਾਹਿਗੁਰੂ ਉਹ ਪਹਿਲਾਂ ਲਿਖ ਕੇ ਦੇ ਗਿਆ ਜਿਹੜੇ ਗੁਰੂ ਦੇ ਅਸੂਲ ਨੇ ਅੰਮ੍ਰਿਤ ਉਹ ਕਦੀ ਬਦਲਦੇ ਨਹੀਂ। ਕਹਿ ਗਿਆ ਸੂਰਜ ਨੂੰ ਈਸਟ ਤੋਂ ਚੜ੍ਹਨਾ, ਸੂਰਜ ਦੀ ਕੀ ਜ਼ਰੂਰਤ ਆ ਵੈਸਟ ਤੋਂ ਚੜ੍ਹੇ। ਪਾਣੀ ਨੂੰ ਕਹਿ ਗਿਆ ਨੀਵੇਂ ਥਾਂ ਨੂੰ ਵਗਣਾ ਹੈ, ਉਹਦੀ ਕੀ ਜ਼ਰੂਰਤ ਆ ਤਾਂ ਨੂੰ ਵਗੇ। ਇਹ ਕਾਨੂੰਨ ਬਣਾ ਗਿਆ ਆਖੋ ਵਾਹਿਗੁਰੂ, ਪਤਾ ਲੱਗ ਰਿਹਾ ਜੀ ਉਹਦੇ ਕਾਨੂੰਨ ਚੇਂਜ ਨਹੀਂ ਹੁੰਦੇ। ਸ਼ਾਬਾ ਮੇਰੀ ਭੈਣ, ਉਹਦੇ ਕਾਨੂੰਨ ਚੇਂਜ ਨਹੀਂ ਹੁੰਦੇ, ਅਟਲ ਨੇ ਰਹਿੰਦੀ ਦੁਨੀਆ ਤੱਕ। ਜੇ ਗੁਰੂ ਕਹਿੰਦਾ ਹੈ ਹੱਥ ਪਰਾਇਆ ਨਾਨਕਾ ਤੇ ਆਪ ਖਾਂਦਾ ਹੋ, ਵਾਹਿਗੁਰੂ ਵਾਹਿਗੁਰੂ ਬੋਲੋ ਗੁਰੂ ਕੇ ਸਿੱਖ ਮੇਰੇ ਵੀਰੋ ਬੋਲੋ। ਜੇ ਤੁਹਾਨੂੰ ਤੇ ਮੈਨੂੰ ਕਹਿੰਦਾ ਵੀ ਹੱਕ ਪਰਾਇਆ ਨਾਨਕਾ ਉਸ ਸੂਰ ਤੇ ਆਪ ਖਾ ਲੂ, ਇਹ ਰੰਗੇ ਹੋਏ ਖੂਨ ਦੇ ਨਾਲ ਹੱਥ, ਇਹ ਖੂਨ ਨਾਲ ਲਿਬੜੇ ਹੋਏ ਨੋਟਾਂ ਦਾ ਬਣਾਇਆ ਕੜਾਹ ਪ੍ਰਸ਼ਾਦ ਮੇਰਾ ਗੁਰੂ ਖਾ ਲੂ ਤਾਂ ਨਹੀਂ ਪ੍ਰਵਾਨ ਹੋ ਰਿਹਾ ਕੁਛ। ਆਹ ਲਿਖ ਕੇ ਅਟਲ ਬਾਣੀ 'ਚ ਦੇ ਗਿਆ ਭਾਈ ਮੇਰੇ ਕੋਲ ਜਿੱਦਣ ਕੁਝ ਲਿਆਉਣਾ ਹੈ ਤੇ ਕਾਲ ਖਾ ਕੇ ਸ਼ਥੋਂ ਦੇ ਆਪਣੀ ਕਿਰਤ ਸ਼ੁਭ ਕਰ ਆਖ ਵਾਹਿਗੁਰੂ। ਉਹਦੇ ਵਿੱਚੋਂ ਲਿਆ ਕੜਾ ਪ੍ਰਸ਼ਾਦ ਬਣਾ ਕੇ ਲੈ ਪ੍ਰਸ਼ਾਦ ਆਣ ਵਰਤਨ ਦਾ, ਇਸ ਤਰ੍ਹਾਂ ਲਿਖਿਆ ਆਪਣੀ ਹੱਕ ਹਲਾਲ ਦੀ ਕਮਾਈ ਕਰਕੇ ਤੇ ਉਹਦੇ ਵਿੱਚੋਂ ਪ੍ਰਸ਼ਾਦ ਲੈ ਕੇ ਆਣ ਕੇ ਵਰਤਾ। ਗੁਰਸਿੱਖਾਂ ਨੂੰ ਵਰਤਾਏ ਕਹਿ, ਉਹ ਜਿਹੜਾ ਤੇਰਾ ਹੱਕ ਹਲਾਲ ਦੀ ਪੈਸੇ ਦਾ ਕਿਹੜਾ ਪ੍ਰਸ਼ਾਦ ਹੈ ਨਾ, ਪਹਿਲੋਂ ਗੁਰਸਿੱਖਾਂ ਨੂੰ ਵਰਤਾਏ ਕਹਿ ਪਿੱਛੋਂ ਬਚਿਆ। ਇੱਕ ਗੱਲ ਤੇ ਬੜਾ ਜ਼ੋਰ ਗੁਰੂ ਨਾਨਕ ਨੇ ਦਿੱਤਾ ਹੈ, ਗੁਰਪੀਰ ਹਾਮਾ ਤਾਂ ਭਰੇ, ਉੱਥੇ ਜਾ ਕੇ ਗੁਰੂ ਨੇ ਗਵਾਹੀ ਦੇਣੀ ਹੈ ਨਾ ਸਾਡੀ ਆਖੋ ਵਾਹਿਗੁਰੂ। ਇਹ ਗੱਲ ਦਾ ਪਤਾ ਜੇ ਕਿ ਨਹੀਂ, ਨਾਨਕ ਨਾਮ ਸੰਭਾਲ ਤੋਂ ਵੱਧਾ ਛੁੱਟੇ ਜਿੱਤ। ਇੱਕ ਥਾਂ 'ਤੇ ਇਸ ਜੀਵ ਨੇ ਵੱਜ ਜਾਣਾ ਹੈ ਕਰਮਾਂ ਕਰਕੇ ਅਤੇ ਛਡਾਉਣ ਆਉਣਾ ਹੈ ਗੁਰੂ ਨੇ, ਗੁਰੂ ਨੇ ਛਡਾਉਣਾ ਨਾ, ਅਤੇ ਗੁਰੂ ਨੇ ਤਾਂ ਤੇਰੀ ਗਵਾਹੀ ਭਰਨੀ ਆ ਜੇ ਤੇਰੀ ਕਮਾਈ 'ਚ ਹਰਾਮ ਨਾ ਹੋਇਆ ਤੇ, ਜਾਂ ਮੁਰਦਾਰ ਨਾ ਖਾਏ। ਇਤਨਾ ਲਿਖਿਆ ਜੀ, ਗੁਰਪੀਰ ਜਾਂ ਅੱਜ ਦੀ ਕਹਾਣੀ ਆ, ਸਿੱਖ ਆਪਣੀ ਕਮਾਈ ਨਹੀਂ ਵੇਖ ਰਿਹਾ ਅਤੇ ਦੁਖੀ ਆ। ਤੁਹਾਨੂੰ ਪਤਾ ਲੱਗ ਰਿਹਾ ਕਿ ਵੈਸੇ ਸਿਰ ਲਾ ਰਿਹਾ, ਸਿੱਖ ਆਪਣੀ ਕਮਾਈ 'ਤੇ ਝਾਤੀ ਨਹੀਂ ਮਾਰ ਰਿਹਾ ਵੀ ਮੈਂ ਆਪਣੇ ਬੱਚਿਆਂ ਨੂੰ ਖਵਾ ਕੀ ਰਿਹਾ। ਮੇਰੇ ਬੱਚੇ ਨੇ ਕਿਸ ਘਟਾਤੇ ਜੀ, ਆਖੋ ਵਾਹਿਗੁਰੂ। ਰੋਂਦਾ ਹੈ ਉਹਨੂੰ ਸੰਗਤ ਮਾੜੀ ਮਿਲ ਗਈ, ਸੰਗਤ ਮਾੜੀ ਨਹੀਂ ਮਿਲੀ, ਤੇਰੀ ਕਮਾਈ ਮਾੜੀ ਆ। ਜਿਹੜਾ ਉਹਦੀਆਂ ਜੜ੍ਹਾਂ ਦੇ ਵਿੱਚ ਪਾਣੀ ਪਾਇਆ ਹੀ, ਉਸ ਪਾਣੀ ਉਸ ਐਨਰਜੀ ਦੇ ਵਿੱਚ ਉਸ ਜਿਹੜੀ ਖਾਦ ਆ ਉਹਦੇ ਵਿੱਚ ਬੇਈਮਾਨੀ ਆ। ਮੰਨਦੇ ਹੋ ਕਿ ਨਹੀਂ ਮੈਂ ਅੱਗੇ ਤੁਰ ਪਾਂ, ਬਹੁਤਾ ਚਿਰ ਲਾਤਾ, ਸਾਰਾ ਵਿਗਾੜ ਇੱਥੇ ਪਿਆ ਹੈ। ਜੈਸਾ ਅੰਨ, ਇਹ ਗੱਲ ਤੋਂ ਹਰ ਵਾਰ ਜ਼ੋਰ ਲਾ ਕੇ ਜਾਂਦਾ, ਸਾਰੇ ਸੰਸਾਰ 'ਚ ਲਾਉਣਾ, ਇਕੱਲਾ ਤੁਹਾਨੂੰ ਹੀ ਨਹੀਂ ਲਾਉਂਦਾ। ਉੱਥੇ ਬਹੁਤ ਸਾਰੇ ਸਿੱਖ ਨੇ ਵੀਰ ਜੀ ਜਿਨ੍ਹਾਂ ਦਾ ਕਾਰੋਬਾਰ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਸ਼ਰਾਬ ਅਤੇ ਸਿਗਰਟਾਂ ਦਾ ਹੈ।
ਗਾਤਰੇ ਵੀ ਪਾਏ ਨੇ, ਗਾਤਰੇ ਵੀ ਪਾਏ, ਐਡੇ ਐਡੇ ਖੁੱਲੇ ਦਾੜੇ ਵੀ ਛੱਡੇ। ਦੋ ਕੁ ਮਿੰਟ ਲਈ ਇੱਥੇ ਮਾਸਕ ਜਿਹਾ ਪਾ ਲੈਂਦੇ ਵੀ ਦਾੜੇ ਨੂੰ ਨਾ ਲੱਗੇ ਸਿਰ। ਅਤੇ ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ, ਜੇ ਮੈਂ 100 ਬੰਦੇ ਨੂੰ ਜਾਣਦਾ ਤਾਂ 97% ਲੋਕ ਜਾਂ ਤਾਂ ਐਸੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਨੇ, ਜਾਂ ਔਲਾਦ ਇੰਨੀ ਦੂਰ ਸਿੱਖੀ ਤੋਂ ਚਲੇਗੀ। ਉਹ ਕਮਾਈ ਪਤਾ ਲੱਗਾ ਜਿਹੜਾ ਪੈਸਾ ਖਵਾ ਰਿਹਾ, ਵੱਡੀਆਂ ਗੱਡੀਆਂ 'ਚ ਕਮਾ ਰਹੇ ਨੇ, ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਤਾਂ ਬੱਚੇ ਘੁੰਮ ਰਹੇ ਨੇ। ਸਿੱਖੀ ਉੱਡ ਗਈ ਅਤੇ ਉੱਡ ਜਾਂਦੀ ਜਿੱਥੇ ਬੇਈਮਾਨੀ ਹੋਵੇ। ਆਖੋ ਵਾਹਿਗੁਰੂ ਵਾਹਿਗੁਰੂ। ਬੋਲੋ, ਸਾਡੇ ਪ੍ਰਚਾਰਕ ਕੀ ਕਹਿ ਕੇ ਆਉਂਦੇ ਨੋਟ ਕਰਿਓ। ਚਲੋ ਕੋਈ ਗੱਲ ਨਹੀਂ, ਆਪ ਹੀ ਨਹੀਂ ਨਾ ਵਰਤਣੀ ਚੀਜ਼, ਵੇਚਣੀ ਤਾਂ ਮਾੜੀ ਨਹੀਂ। ਤੁਸੀਂ ਦੱਸੋ ਸਤਸੰਗਤ ਜੀ, ਇੱਕ ਗੁਰੂ ਕਾ ਸਿੱਖ ਸਿਗਟਾਂ ਵੇਚ ਸਕਦਾ, ਸ਼ਰਾਬ ਵੇਚ ਸਕਦਾ? ਗੁਰ ਪੀਰ ਹਮਾ ਤਾਂ ਭਰੇ ਜਾਂ ਮੁਰਦਾਰ ਨਾ, ਜਾਂ ਮੁਰਦਾਰ ਮਨੇ ਪਰਾਇਆ ਹੱਕ, ਬੇਈਮਾਨੀ ਦਾ ਪੈਸਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਕਵਲ ਨੈਣ ਰਾਜੇ ਨੂੰ ਪੁੱਛਿਆ ਵੀ ਕਵਲ ਨੈਣ, ਇਹ ਹੀਰੇ ਜਵਾਹਰਾਤਾਂ ਦਾ ਭਰਿਆ ਥਾਲ ਬੋਲੋ ਕਿੱਥੋਂ ਲਿਆ? ਕੋਈ ਕਿਰਤ ਕੀਤੀ ਊ? ਥੋੜ੍ਹਾ ਥੋੜ੍ਹਾ ਅੱਗੇ ਹੋ ਜਾਓ, ਪਿੱਛੇ ਸੰਗਤ ਹੋਰ ਆ ਗਈ, ਅੱਗੇ ਹੋ ਜਾਓ, ਥੋੜ੍ਹੇ ਥੋੜ੍ਹੇ ਹੋ ਜਾਓ, ਹੋ ਜਾਓ, ਸਾਰੇ ਬਹਿ ਜਾਂਗੇ, ਐਡਜਸਟ ਹੋ ਗਏ। ਆਖੋ ਵਾਹਿਗੁਰੂ। ਮੈਟਰ ਤੁਹਾਡੀ ਸਮਝ ਪੈ ਰਿਹਾ ਧੀਓ ਬੱਚਿਓ? ਗੁਰ ਸਿੱਖੋ ਕੀ ਆਖਿਆ ਵੀ ਇਹ ਕਿੱਥੋਂ ਲਿਆਂਦਾ ਇੰਨਾ ਕੀਮਤੀ ਤੂੰ ਸਮਾਨ? ਕਹਿੰਦਾ ਜੀ ਪਬਲਿਕ ਦੇ ਟੈਕਸ ਦਾ ਹੈ। ਆਪ ਤੇ ਮੈਂ ਕਿਰਤ ਕੋਈ ਕੌਣ ਰਾਜਾ ਕਿਹੜਾ ਕਹਿੰਦਾ? ਕਮਲ ਨਾਲ ਕਹਿੰਦਾ ਆਪ ਤੇ ਮੈਂ ਕੋਈ ਕਿਰਤ ਕਰਦਾ ਨਹੀਂ, ਇਹ ਪਬਲਿਕ ਦਾ ਟੈਕਸ ਹੈ। ਅਤੇ ਮੇਰਾ ਬਾਬਾ ਕਹਿੰਦਾ ਫਿਰ ਇਹ ਤਾਂ ਤੇਰਾ ਪੈਸਾ ਨਹੀਂ ਨਾ, ਇਹ ਤਾਂ ਦੇਸ਼ ਦੀ ਵਿਕਾਸ ਲਈ ਹੈ ਨਾ, ਜਿਹਦੇ 'ਤੇ ਤੇਰਾ ਹੱਕ ਨਹੀਂ ਉਹ ਚੀਜ਼ ਮੈਨੂੰ ਕਿਉਂ ਦੇਣਾ ਹੈ? ਕੋਈ ਆਪਣੀ ਦੇਹ ਧਨ ਮੋੜ ਦਿੱਤਾ ਮੇਰੇ ਬਾਬੇ ਨੇ, ਹੁਣ ਨਹੀਂ ਕੋਈ ਮੋੜਦਾ। ਮੈਂ ਇਸ ਤਰ੍ਹਾਂ ਦੇ ਬਾਬੇ ਵੀ ਵੇਖੇ ਨੇ ਜਿਹੜੇ ਬਾਬੇ ਕਹਿੰਦੇ ਟੈਂਕਰਾਂ ਦੇ ਵਿੱਚੋਂ ਤੇਲ ਕੱਢ ਕੇ ਵੇਚੋ, ਉੱਥੇ ਪਾਣੀ ਰਲਾ ਦਿਓ, ਅਤੇ ਜਿਹੜਾ ਉਹ ਪੈਸਾ ਆਉਂਦਾ ਉਹਦੇ 'ਚੋਂ ਦਸਵੰਧ ਕੱਢ ਦਿਓ, ਉਹ ਪੈਸਾ ਵਾਈਟ ਹੋ ਜਾਓ। ਮੈਟਰ ਹੱਸਣ ਵਾਲਾ ਨਹੀਂ, ਜਦੋਂ ਧਰਮੀ ਪੁਰਖ ਭ੍ਰਸ਼ਟ ਹੁੰਦੇ ਤਾਂ ਦੁਨੀਆਂ ਦਾ ਕੀ ਬਣੂ? ਜਿਨ੍ਹਾਂ ਨੂੰ ਸੰਤ ਕਹਿੰਦੇ ਆ, ਜਦੋਂ ਇਹ ਮੂੰਹ ਦੇ ਵਿੱਚੋਂ ਕਹਿੰਦੇ ਹੋਣਗੇ, ਕਿੱਥੇ ਗਈ ਸੰਤਗਿਰੀ? ਜਦੋਂ ਕਹਿੰਦੇ ਹੋਣਗੇ ਕੋਈ ਗੱਲ ਨਹੀਂ, ਟੈਂਕਰਾਂ ਦੇ ਵਿੱਚੋਂ ਤੇਲ ਤੁਸੀਂ ਵੇਚ ਸਕਦੇ ਹੋ, ਉਹਦੀ ਜਗ੍ਹਾ 'ਤੇ ਪਾਣੀ ਪਾ ਕੇ ਅੱਗੇ ਸਪਲਾਈ ਕਰ ਸਕਦੇ ਹੋ, ਮਗਰ ਉਹ ਪੈਸਾ ਤੁਹਾਨੂੰ ਕੁਛ ਨਹੀਂ ਕਹੂਗਾ ਜਦੋਂ ਉਹਦਾ ਦਸਵੰਧ ਸਾਨੂੰ ਦੇ ਦਿਓ। ਐਸਾ ਵਪਾਰ ਵੀ ਚੱਲ ਰਿਹਾ। ਮੇਰਾ ਬਾਬਾ ਨਹੀਂ ਸੀ ਇਸ ਤਰ੍ਹਾਂ ਦਾ। ਮੇਰੇ ਬਾਬੇ ਨੇ ਕਿਹਾ ਪੈਸੇ ਮੈਂ ਨਹੀਂ ਲੈਣੇ, ਕਿਉਂਕਿ ਇੱਥੇ ਪੈਸੇ ਤੇਰੇ ਹੀ ਨਹੀਂ, ਕੋਈ ਆਪਣੀ ਚੀਜ਼ ਦੇ। ਅਤੇ ਰਾਜਾ ਹੁੰਦਾ, ਰਾਜੇ ਦਿਮਾਗੀ ਹੁੰਦੇ, ਕਹਿੰਦੇ ਜੇ ਧਨ ਨਹੀਂ ਤਾਂ ਮੇਰਾ ਤਨ ਲੈ ਲਓ, ਮੈਂ ਤਨ ਭੇਟਾ ਕਰ ਦਿੰਦਾ। ਸੁਣਿਆ ਤੁਸੀਂ ਉਪਦੇਸ਼ ਦਿੰਦੇ ਹੋ ਤਨ ਮਨ ਧਨ ਸਭ, ਜੇ ਮੇਰਾ ਧਨ ਨਹੀਂ ਮੇਰਾ, ਤੁਸੀਂ ਕਹਿੰਦੇ ਹੋ ਇਹ ਤੇਰਾ ਨਹੀਂ, ਇਹ ਪਬਲਿਕ ਦਾ ਟੈਕਸ ਆ। ਆਖੋ ਵਾਹਿਗੁਰੂ। ਇਹ ਤੇ ਤਨ ਤਾਂ ਮੇਰਾ ਹੈ ਨਾ। ਅਤੇ ਮੇਰਾ ਬਾਬਾ ਕਹਿੰਦਾ ਜਾ ਰਾਣੀ ਨੂੰ ਪੁੱਛ ਗਿਆ, ਰਾਣੀ ਨੂੰ ਪੁੱਛ ਗਿਆ, ਕਿਹਨੂੰ? ਜਿਹਦਾ ਤੂੰ ਪਤੀ ਹੈ, ਖਸਮ ਹੈ, ਮਾਲਕ ਹੈ, ਉਹਨੂੰ ਕਹਿ ਇਹ ਸਰੀਰ ਮੈਂ ਗੁਰੂ ਨੂੰ ਦੇ ਦਾਂ,
ਪਤਾ ਲੱਗ ਰਿਹਾ ਜੀ। ਗਿਆ ਰਾਣੀ ਦੇ ਕੋਲ, ਰਾਣੀ ਇੱਕ ਸਾਧੂ ਆਇਆ ਬੜਾ ਤਪੱਸਵੀ, ਦਰਸ਼ਨ ਡਿੱਠੇ ਲੈਣ ਵਜੋਗਾ ਜੀ, ਉਹ ਦਰਸ਼ਨ ਡਿੱਠੇ ਉਹਦੇ ਦੀਦਾਰ ਕੀਤਿਆਂ ਜਨਮਾਂ ਜਨਮਾਂ ਦੇ ਵਜੋਗ ਲੱਥ ਜਾਂਦੇ ਗਲੋਂ। ਅਤੇ ਰਾਣੀ ਮੈਂ ਉਹਨੂੰ ਪੈਸਾ ਦਿੱਤਾ, ਇੱਕ ਪਹਿਲਾ ਸਾਧੂ ਵੇਖਿਆ, ਜੇ ਇੱਕ ਪਹਿਲਾ ਸਾਧੂ ਵੇਖਿਆ ਜਿਹੜਾ ਕਹਿੰਦਾ ਮੈਂ ਬੇਈਮਾਨੀ ਦਾ ਪੈਸਾ ਨਹੀਂ ਲੈਂਦਾ। ਰਾਣੀ ਬੜੇ ਸੰਤ ਵੇਖਿਆ ਸੀ, ਰਹੋ ਟੋਲ ਹੋ ਸੰਤ ਸਾਧ ਸੰਤ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁਖੋਏ ਬੜੇ ਵੇਖੇ। ਅੱਜ ਤੱਕ ਇਹ ਗੱਲ ਕਿਸੇ ਨਹੀਂ ਸੀ ਕਹੀ ਵੀ ਮੈਂ ਬੇਈਮਾਨੀ ਦਾ, ਉੱਚੀ ਬੋਲਿਆ ਕਰੋ ਗੁਰੂ ਕਿਸੇ ਮੈਂ ਪੈਸਾ ਨਹੀਂ ਲੈਂਦਾ। ਇਹ ਪਹਿਲਾ ਪੁਰਸ਼ ਹੈ ਜਿਹਨੇ ਇਹ ਗੱਲ ਕਹੀ। ਅਤੇ ਰਾਣੀ ਉਹਨੇ ਪੈਸਾ ਤਾਂ ਲਿਆ ਨਹੀਂ, ਅਤੇ ਸਾਧੂ ਬੜਾ ਸੀ, ਮੈਂ ਕੋਈ ਭੇਟਾ ਦੇਣੀ ਚਾਹੁੰਦਾ ਸਾਂ। ਮੈਂ ਆਖਿਆ ਮੇਰਾ ਤੁਸੀਂ ਬੋਲੋਗੇ ਮੈਨੂੰ ਪਤਾ ਲੱਗੂ ਵੀ ਤੁਸੀਂ ਨਾਲ ਨਾਲ ਤੁਰੇ ਆਉਂਦੇ, ਤਨ ਲੈ ਲਓ। ਅਤੇ ਰਾਣੀ ਮੈਂ ਤਨ ਦੇ ਦਾਂ। ਅਤੇ ਰਾਣੀ ਨੇ ਆਖਿਆ ਫਿਰ ਬੱਚਿਆਂ ਦਾ ਕੀ ਬਣਨਾ ਹੈ, ਮੇਰਾ ਕੀ ਬਣਨਾ ਹੈ, ਉਹਨੇ ਤਾਂ ਤੈਨੂੰ ਨਾਲ ਲੈ ਤੁਰਨਾ ਹੈ। ਜਦੋਂ ਤੂੰ ਤਨ ਉਹਨੂੰ ਦੇ ਹੀ ਦਿੱਤਾ ਅਤੇ ਉਹ ਆਖੂਗਾ ਚੱਲ ਚੱਲੀਏ ਪੂਰਬ ਨੂੰ, ਸੁਣਿਆ ਹੈ ਅਤੇ ਵੀਹ ਵੀਹ ਤੀਹ ਤੀਹ ਸਾਲ ਘਰੋਂ ਮੁੜਦਾ ਹੀ ਨਹੀਂ ਘਰ ਨੂੰ। ਗੁਰੂ ਨਾਨਕ ਸਾਹਿਬ ਬਾਰੇ ਉਹ ਕਹਿੰਦੀ ਵੀ ਸੁਣਿਆ ਇਸ ਤਰ੍ਹਾਂ ਦਾ ਵੀ ਇਸ ਤਰ੍ਹਾਂ ਦਾ ਸਾਧੂ ਹੈ ਜੇ ਘਰੋਂ ਨਿਕਲ ਆਉਂਦਾ ਨਾ ਅਤੇ ਉਦਾਸੀਆਂ 'ਤੇ ਨਿਕਲ ਜਾਂਦਾ, ਕਈ ਕਈ ਸਾਲ ਲਗਾਤਾਰ ਘਰ ਨੂੰ ਮੁੜਦਾ ਹੀ ਨਹੀਂ, ਰਾਜਾ ਤੂੰ ਵੀ ਨਾਲ ਹੀ ਚੱਲੇਗਾ, ਤੂੰ ਨਾ ਇਸ ਤਰ੍ਹਾਂ ਕਰ ਕੋਈ ਹੋਰ ਚੀਜ਼ ਦੇ। ਆਇਆ ਬਾਬੇ ਨੇ ਆਖਿਆ ਹਾਂ ਵੀ ਹਾਜ਼ਰ ਹੈ ਤਨ ਦੇਣ ਨੂੰ, ਕਹਿੰਦਾ ਮਹਾਰਾਜ ਉਹ ਤੇ ਰਾਣੀ ਨੇ ਮਨਾ ਕਰਤਾ, ਮਾਲਕੀਅਤ ਉਹਨੇ ਕਿਹਾ ਮੇਰੀ ਆ, ਮੇਰਾ ਤੂੰ ਕਰਦਾ ਹੈ, ਬੱਚਿਆਂ ਦਾ ਬਾਪ ਹੈ। ਫਿਰ ਮੇਰੇ ਬਾਬੇ ਨੇ ਆਖਿਆ ਕੋਈ ਆਪਣੀ ਹੋਰ ਚੀਜ਼ ਦੇ ਦੇ। ਆਖ ਵਾਹਿਗੁਰੂ ਤੁਸੀਂ ਪਕੜ ਵੀ ਰਹਿ ਕੇ ਨਹੀਂ, ਕੋਈ ਆਪਣੀ ਹੋਰ ਚੀਜ਼ ਦੇ ਦੇ। ਕਹਿੰਦਾ ਮੰਨ ਲੈ ਲਓ, ਮੰਨ ਲੈ ਲਓ, ਮੇਰੇ ਕਿਸ ਕੰਮ ਆ ਸਗੋਂ ਖਰਾਬ ਕਰਦਾ ਹੈ। ਮਨ ਵਿੱਚ ਇਹਦੇ ਦੇ ਜਦੋਂ ਉਹਨੇ ਕਿਹਾ ਮੰਨ ਲੈ ਲਾ, ਬਾਬੇ ਨੂੰ ਕਿਹਾ ਮੰਨ ਲੈ ਲਓ, ਬਾਬਾ ਕਹਿੰਦਾ ਵੇਖਾਂ ਕਿੱਥੇ ਗਿਆ, ਨਹੀਂ ਪਤਾ ਲੱਗ, ਚਾਤੀ ਮਾਰਾਂ ਕਿੱਥੇ ਆ, ਲਿਆ ਫੜ ਕੇ। ਕਹਿੰਦਾ ਮਹਾਰਾਜ ਉਹਦੇ ਘੋੜਿਆਂ ਦੇ ਤਬੇਲੇ 'ਚ ਤੁਰਿਆ ਫਿਰਦਾ। ਕਹਿੰਦੇ ਜਾ ਫੜ ਲਿਆ, ਕਹਿੰਦੇ ਇਹ ਤਾਂ ਫੜਿਆ ਨਹੀਂ ਜਾਣਾ, ਕਹਿੰਦੇ ਜਿਹੜੀ ਚੀਜ਼ ਫੜੀ ਨਹੀਂ ਜਾਣੀ ਉਹ ਦਏਗਾ ਕਿਤਨਾ। ਆਖੋ ਵਾਹਿਗੁਰੂ, ਪਤਾ ਲੱਗ ਰਿਹਾ ਜਿਹੜੀ ਚੀਜ਼ ਉਹ। ਫਿਰ ਮੇਰੇ ਬਾਬੇ ਨੇ ਆਖਿਆ ਤਨ ਧਨ ਤੇਰਾ ਨਹੀਂ, ਮਨ ਤੇਰਾ ਨਹੀਂ, ਤਨ ਤੇਰਾ ਨਹੀਂ, ਕੋਈ ਆਪਣੀ ਚੀਜ਼ ਦੇ। ਪਤਾ ਲੱਗ ਰਿਹਾ। ਅਤੇ ਰਾਜੇ ਨੇ ਆਖਿਆ ਕੀ ਦੇਵਾਂ, ਹੈ ਫਿਰ ਮੇਰਾ ਕੀ ਪੂਰਾ ਗੁਰੂ ਜੇ ਦੱਸ ਦਿਓ। ਅਤੇ ਪੂਰੇ ਗੁਰੂ ਨੇ ਆਖਿਆ ਜਿਹੜਾ ਕਹਿੰਦਾ ਨਾ ਮਨ ਤਨ ਅਤੇ ਧਨ, ਤਿੰਨ ਸ਼ਬਦ ਜਿਹੜਾ ਵੱਖਰੇ ਕਰਾਂ ਹਾਂ, ਇਹਦੇ ਨਾਲ ਜਿਹੜਾ ਜੁੜਿਆ ਨਾ ਮੇਰਾ, ਨਹੀਂ ਪਤਾ ਲੱਗਾ, ਮੇਰਾ ਧਨ ਲੈ ਲਓ, ਇਹ ਜਿਹੜਾ ਮੇਰਾ ਸ਼ਬਦ ਹੈ ਨਾ ਇਹ ਤੇਰੇ ਅੰਦਰੋਂ ਪੈਦਾ ਹੋਇਆ, ਨਾ ਤਨ ਤੇਰਾ ਨਾ ਮਨ ਨਾ ਧਨ ਤੇਰਾ ਨਹੀਂ, ਮਗਰ ਜਿਹੜੀ ਚੀਜ਼ ਦੀ ਗਰੋਥ ਤੇਰੇ ਅੰਦਰੋਂ ਹੋਈ ਹੈ, ਤੇਰੇ ਅੰਦਰੋਂ ਪੈਦਾ ਹੋਇਆ, ਮੇਰਾ 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 ਕਰ ਬਿਲਾਈ, ਮੇਰਾ ਮੇਰਾ ਇਸ ਤਰ੍ਹਾਂ ਵੀ ਲਿਖਿਆ ਜੇ ਜਬ ਲੱਗ ਮੇਰੀ ਮੇਰੀ ਕਰੇ, ਬੋਲੋ ਭਲਾ ਆਹ ਵੀ ਚੀਜ਼ ਮੇਰੀ, ਆਹ ਵੀ ਚੀਜ਼ ਮੇਰੀ, ਆਹ ਵੀ ਚੀਜ਼ ਮੇਰੀ, ਧੀ ਮੇਰੀ ਪੁੱਤ ਮੇਰਾ ਸਭ ਕੁਝ ਕਹਿੰਦਾ ਹੀ ਹੈ ਨਾ। ਜਬ ਲੱਗ ਮੇਰੀ ਮੇਰੀ ਕਰੇ ਤਬ ਲੱਗ ਕਾਜ,
ਜਬ ਮੇਰੀ ਮੇਰੀ ਮਿਟ ਜਾਏ, ਜਿੱਦਣ ਕਿਸੇ ਦੀ ਤਬ ਪ੍ਰਭ ਕਾਜ ਸਵਾਰੇ ਆਏ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰ ਵਡ ਭਾਗੀ ਪਾਇਆ ਐਸਾ, ਗੁਰ ਵਡ ਭਾਗੀ ਪਾਇਆ, ਗੁਰ ਐਸੇ ਗੁਰ ਕੋ ਬਲ ਬਲ ਜਾਈਏ, ਐਸੇ ਗੁਰ ਕੋ ਬਲ ਬਲ ਜਾਈਏ, ਗੁਰ ਕੋ ਬਲ ਬਲ ਜਾਈਏ, ਗੁਰ ਕੋ ਬਲ ਬਲ ਜਾਈਏ। ਐਸਾ ਮੇਰਾ ਸਤਿਗੁਰੂ ਕਹਿੰਦਾ। ਇੱਕ ਚੀਜ਼, ਇੱਕ ਵਚਨ ਹੋਰ ਜੇ ਭਾਈ ਸਾਹਿਬ ਤੁਸੀਂ ਕੀਰਤਨ ਕਰਦੇ ਪੜ੍ਹਦੇ ਹੋ, ਤੇਰਾ ਕੀਆ ਤੁਝੇ ਕਿਹਾ ਅਰਪੂੰ, ਅਰਪੂੰ ਨਹੀਂ ਪਤਾ ਲੱਗਾ, ਬਰੀਕ ਜੇ ਤੱਕ ਥੋੜ੍ਹਾ ਸੁਣ ਲਿਓ। ਤੇਰਾ ਕੀ ਆ, ਪਾਣੀ ਤੇਰਾ, ਹਵਾ ਤੇਰੀ, ਕੱਪੜਾ ਤੇਰਾ, ਰੋਟੀ ਤੇਰੀ, ਪੈਸਾ ਤੇਰਾ, ਇਹ ਸਭ ਕੁਛ ਉਹਦੀ ਬਣਾਈ ਚੀਜ਼ ਆ। ਆਖੋ ਵਾਹਿਗੁਰੂ, ਇਹ ਸਾਰੀਆਂ ਚੀਜ਼ਾਂ ਬਣਾਈਆਂ ਦੀ ਜਿਹੜੀਆਂ ਬਣੀਆਂ ਤੇਰੀਆਂ, ਮਾਲਕ ਤੂੰ ਏ, ਅਤੇ ਤੇਰੀ ਜੇਬ 'ਚੋਂ ਕੱਢ ਕੇ ਤੇਰੇ ਅੱਗੇ ਰੱਖਦਾ। ਨਹੀਂ ਪਤਾ ਲੱਗਾ ਤੇਰਾ ਕੀ ਆ, ਤੇਰੀਆਂ ਪੈਦਾ ਕੀਤੀਆਂ ਚੀਜ਼ਾਂ, ਤੁਝੇ ਕੀ ਆਪਾਂ, ਤੂੰ ਆਖੇਗਾ ਬੜਾ ਹੱਸੇਗਾ ਮੇਰੇ ਉੱਤੇ ਵੀ ਚੀਜ਼ ਤਾਂ ਮੇਰੀ ਮੇਰੀ ਜੇਬ ਦੇ ਵਿੱਚੋਂ ਕੱਢ ਕੇ ਮੇਰੀ ਬਣਾਈ ਹੋਈ ਚੀਜ਼ ਮੇਰੇ ਅੱਗੇ ਭੇਟਾ ਕਰਕੇ ਰੱਖ ਕੇ ਅਤੇ ਤੂੰ ਕਿੰਨਾ ਦੇ ਦਿੱਤਾ, ਕੁਝ ਆਪਣਾ ਦੇ ਨਾ। ਆਖੋ ਵਾਹਿਗੁਰੂ ਕੀ 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 ਕਹਿੰਦਾ, ਮੈਨੂੰ ਤਾਂ ਪਤਾ ਹੀ ਨਹੀਂ ਮੇਰਾ ਕੀ। ਕਹਿੰਦਾ ਇੱਕ ਚੀਜ਼ ਤੇਰੇ ਵਿੱਚੋਂ ਪੈਦਾ ਹੋਈ, ਇੱਕ ਚੀਜ਼, ਉਹ ਕੀ, ਹਉਮੈ, ਹਉਮੈ, ਇਹ ਤੇਰੇ ਅੰਦਰੋਂ ਪੈਦਾ ਹੋਈ। ਉਹ ਹੋਰ ਤਾਂ ਸਾਰੀਆਂ ਚੀਜ਼ਾਂ ਰੱਬ ਦੀਆਂ ਪੈਦਾ ਕੀਤੀਆਂ, ਇਹਨਾਂ ਵਿੱਚੋਂ ਕੀ ਦੇਵੇਂਗਾ, ਪਤਾ ਲੱਗਾ ਜੀ, ਇਹਨਾਂ ਵਿੱਚੋਂ ਸਾਰਾ ਕੁਝ ਇੱਥੇ ਉਹਦਾ ਹੈ। ਉਹ ਤੂੰ ਦਿੰਦਾ ਨਹੀਂ, ਜਿਹੜੀ ਚੀਜ਼ ਹੈ ਨਾ ਹਉਮੈ, ਇਹ ਮੈਂ ਪੈਦਾ ਕੀਤੀ। ਆਖੋ ਵਾਹਿਗੁਰੂ, ਇਹ ਰੱਬ ਨੇ ਪੈਦਾ ਕੀਤੀ, ਉਹ ਤਾਂ ਸਗੋਂ ਦਵਾਈ ਦਿੰਦਾ ਹੈ, ਬਿਮਾਰੀ ਡਾਕਟਰ ਪੈਦਾ ਨਹੀਂ ਕਰਦਾ। ਆਖੋ ਵਾਹਿਗੁਰੂ ਕੀ ਕਿਹਾ, ਬਿਮਾਰੀ ਡਾਕਟਰ ਦਵਾਈ ਦੇ ਕੇ ਬਿਮਾਰੀ ਨੂੰ ਖਤਮ ਕਰਦਾ। ਉਹ ਕਹਿੰਦੇ ਜਿਹੜੀ ਤੇਰੀ ਬਿਮਾਰੀ ਹੈ ਨਾ ਮੇਨ, ਨਾਨਕ ਹਉਮੈ ਰੋਗ ਬੁਰੇ, ਮੰਨਦਾ ਹੀ ਗੁਰੂ ਕਹਿੰਦਾ ਹਉਮੈ ਦਾ ਰੋਗ, ਅਤੇ ਫਿਰ ਉਹ ਚੀਜ਼ ਦੇ ਦੇ ਜਿਹੜੀ ਬੁਰੀ, ਦੇ ਦੇ ਗੁਰੂ ਨੂੰ, ਮਗਰ ਉਹ ਵੀ ਕਿਤਰਾ ਕੱਢ ਕੇ ਦੇਵੇਗਾ। ਨਿਮਖ ਨਿਮਖ ਕਰ ਸਰੀਰ ਕਟਾਵੇ, ਤੋਂ ਵੀ ਇਹ ਕਿਤਰਾ ਲਾ ਕੇ ਦੇਵੇਗਾ। ਨਿਮਖ ਨਿਮਖ ਕੱਟ ਕੇ ਵੀ ਨਹੀਂ ਦਿੱਤਾ ਜਾ ਸਕਦਾ। ਮੇਰੇ ਬਾਬੇ ਨੇ ਆਖਿਆ ਕੋ ਆਪਣੀ ਚੀਜ਼ ਦੇ, ਕਹਿੰਦਾ ਕੀ ਦਾਂ, ਕਹਿੰਦਾ ਜਿਹੜਾ ਕਹਿੰਦਾ ਨਾ ਮੇਰਾ ਤਨ ਮੇਰਾ ਧਨ, ਇਹਨਾਂ ਤਿੰਨਾਂ ਚੀਜ਼ਾਂ ਨੂੰ ਛੱਡ ਦੇ, ਮਨ ਨੂੰ, ਤਨ ਨੂੰ ਅਤੇ ਧਨ ਨੂੰ, ਇਹ ਤਾਂ ਤੇਰੀਆਂ ਨਹੀਂ। ਆਖੋ ਵਾਹਿਗੁਰੂ, ਇਹਨਾਂ 'ਤੇ ਕਿਸੇ ਦਾ ਕਬਜ਼ਾ ਹੈ, ਮਨ ਤੇਰੇ ਕਾਬੂ ਨਹੀਂ ਆਉਂਦਾ, ਧਨ ਤੇਰਾ ਨਹੀਂ, ਉਹ ਪਬਲਿਕ ਦਾ ਹੈ। ਕਿਤੇ ਅੱਜ ਦੇ ਰਾਜਿਆਂ ਨੂੰ ਸਮਝਾ ਦੇ ਗੁਰੂ, ਨਹੀਂ ਪਤਾ ਲੱਗਾ, ਅੱਜ ਦੇ ਵੀ ਰਾਜਿਆਂ ਨੂੰ ਵੀ ਇਹ ਜਿਹੜਾ ਜੀ ਐੱਸ ਟੀ ਦਾ ਪੈਸਾ ਹੈ, ਇਹ ਤੇਰਾ ਨਹੀਂ, ਇਹ ਪਬਲਿਕ ਦਾ ਹੈ, ਜਿਹੜਾ ਘੁੱਟ ਕੇ ਇੱਕ ਜਗ੍ਹਾ 'ਤੇ ਇਕੱਠਾ ਕਰੀ ਜਾਂਦੀ, ਇਹ ਪੈਸਾ ਤੁਹਾਡਾ ਨਹੀਂ,
ਇਹ ਟਕਸਦਾ ਹੈ ਅੱਖ ਵਾਹਿਗੁਰੂ। ਮਗਰ ਬਾਬੇ ਵਰਗਾ ਕੋਈ ਸੰਤ ਹੁੰਦਾ ਤੇ ਅੱਜ ਵੀ ਮੋਦੀ ਦੇ ਬੂਹੇ ਅੱਗੇ ਖਲੋਂਦਾ ਜਾ ਕੇ, ਸੱਚੀ ਮੁੱਚੀ ਖਲੋਂਦਾ। ਨਿਰਭਉ ਸੀ, ਨਿਰਵੈਰ ਸੀ, ਅਕਾਲ ਮੂਰਤ ਸੀ, ਉਹਨੂੰ ਕਾਲ ਦਾ ਕੋਈ ਡਰ ਨਹੀਂ ਸੀ। ਕਿਹਨੂੰ? ਧੰਨ ਗੁਰੂ ਨਾਨਕ ਸਾਹਿਬ ਨੂੰ ਕਾਲ ਦਾ ਕੋਈ, ਸੱਚੀ ਮੁੱਚੀ ਕੁੰਡਾ ਖੜਕਾ ਦਿੰਦਾ, ਬਾਹਰ ਨਿਕਲ ਰਾਜਾ। ਜੇ ਤੈਨੂੰ ਰੱਬ ਨੇ ਰਾਜ ਭਾਗ ਬਖਸ਼ਿਆ ਤੇ ਕੀਚੇ ਨੇਕ ਨਾਮੀ ਪੜ੍ਹੇ ਅਜੇ ਕਿ ਨਹੀਂ? ਕਦੇ ਬੋਲੋ ਕੀਚੇ ਜੇ ਦੇਵ ਹੈ ਖੁਦਾਏ, ਜੇ ਖੁਦਾ ਨੇ ਤੈਨੂੰ ਰਾਜ ਭਾਗ ਦਿੱਤਾ ਤੇ ਕੀ ਕਰ? ਕੀਚੇ ਨੇਮ ਨੇਕ ਨੇਕ ਕਾਮੀ, ਜੇ ਦੀਜੇ ਖੁਦਾਏ, ਜੋ ਦਿਸੇ ਜਿਮੀ ਪਰ ਸੋ ਹੋਸੀ ਫਨਾਏ, ਜੋ ਤੈਨੂੰ ਜਿਮੀ ਤੇ ਦਿਸ ਰਿਹਾ ਇਹ ਸਭ ਕੁਝ ਫਨਾ ਹੋ ਜਾਣਾ। ਇੱਥੋਂ ਤੱਕ ਵੀ ਕਹਿ ਦਿੱਤਾ ਰਾਜੇ ਨੂੰ, ਕਿਹਾ ਰਾਜੇ ਨੂੰ, ਰਾਜੇ ਨੂੰ ਉਸ ਵੇਲੇ ਦਾ ਪਾਵਰਫੁੱਲ ਰਾਜਾ ਸੀ ਕਾਰੂ ਬਾਦਸ਼ਾਹ, ਜਿਹਨੂੰ ਮੇਰਾ ਬਾਬਾ ਇੰਨਾ ਨਿਰਭਉ ਤੇ ਨਿਰਵੈਰ ਜਾ ਕੇ ਕਹਿੰਦਾ ਸੀ ਲਾਨਤ ਹੈ ਤੈਨੂੰ। ਇਸ ਤਰ੍ਹਾਂ ਦਾ ਕੋਈ ਸੰਤ ਕਿੰਨੇ ਬਣੇ ਨੇ ਹੁਣ ਬੋਲੋ ਨਾ, ਤੁਹਾਡੇ ਕੋਲ ਵੀ ਆਉਂਦੇ ਇੱਥੇ ਬੁਰਾਈਆਂ ਕਰਨ, ਹੈ ਕੋਈ ਇਸ ਤਰ੍ਹਾਂ ਦਾ ਜਿਹੜਾ ਰਾਜੇ ਦੇ ਬੂਹੇ ਅੱਗੇ ਜਾ ਕੇ ਆਖੇ ਲਾਨਤ ਹੈ ਤੈਕੂ, ਵੈ ਤੈਂਡੀ ਕਮਾਈ, ਦਗੇਬਾਜ਼ੀ ਕਰਕੇ ਦੁਨੀਆ ਲੁੱਟ ਖਾਈ, ਦੁਨੀਆ ਕਾ ਦੀਵਾਨਾ ਕਹੇ ਮੁਲਕ ਮੇਰਾ, ਆਈ ਮੌਤ ਸਿਰ ਪਰ ਨਾ ਤੇਰਾ ਨਾ ਮੇਰਾ। ਮੌਤ ਤਾਂ ਸਾਰਿਆਂ ਦੇ ਸਿਰ 'ਤੇ ਮੰਡਰਾ ਰਹੀ ਆ, ਪਤਾ ਨਹੀਂ ਕਿਹਦਾ ਕਦੋਂ ਗਲ ਘੁੱਟ ਦੇਣਾ ਹੈ। ਇਹਨੂੰ ਰਾਜ ਨੂੰ ਤੂੰ ਆਪਣਾ ਸਮਝ ਕੇ ਬਹਿ ਗਿਆ। ਮੇਰਾ ਬਾਬਾ ਕਹਿੰਦਾ ਜਿਹੜੀ ਮੇਰੀ ਮੇਰੀ ਆ ਨਾ, ਮੇਰਾ 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 ਤਨ ਮੇਰਾ ਤਨ, ਇਹ ਦੇ ਦੇ। ਅਤੇ ਰਾਜੇ ਕਮਲ ਨੈਣ ਨੇ ਕਰ ਲਏ ਸੀ ਦਰਸ਼ਨ ਗੁਰੂ ਦੇ, ਅਤੇ ਉੱਤਰ ਗਈ ਸੀ ਜਨਮਾਂ ਦੀ, ਅਤੇ ਪਤਾ ਅੰਦਰੋਂ ਸ਼ਬਦ ਕੀ ਬੋਲਿਆ? ਬਾਬਾ ਜਿਹੜੀ ਚੀਜ਼ ਤੂੰ ਮੰਗ ਲਈ ਇਹ ਮੇਰੇ ਕੋਲੋਂ ਅੰਦਰੋਂ ਨਹੀਂ ਨਿਕਲਣੀ। ਨਹੀਂ ਪਤਾ ਲੱਗਾ ਜੀ, ਇਹ ਤੂੰ ਕਰ ਸਕਦਾ ਹੈ। ਸਮਰੱਥ ਗੁਰੂ ਸਿਰ, ਸਮਰੱਥ ਗੁਰੂ ਜੀ ਤੁਸੀਂ ਸਿਰ 'ਤੇ ਹੱਥ ਰੱਖੋ ਅਤੇ ਕੱਢ ਲਓ ਅੰਦਰੋਂ ਕੀ। ਹਰ ਨਾਮੋ ਮੰਤਰ ਦਰੜਾਏ ਦਾ ਕੱਟੇ ਹੋ ਮੈਂ, ਸਾਨੂੰ ਪਤਾ ਲੱਗਾ ਹੈ ਤੂੰ ਵਾਹਿਗੁਰੂ ਵਾਹਿਗੁਰੂ ਖਵਾਉਣਾ ਹੈ ਅਤੇ ਅੰਦਰਲੀ ਹੋਮੇ ਮੈਲ ਕੱਢ ਲੈਂਦਾ ਹੈ, ਮੇਰੇ ਸਿਰ 'ਤੇ ਵੀ ਹੱਥ ਰੱਖ ਦਿਓ। ਰੱਖ ਦਿੱਤਾ ਮੇਰੇ ਬਾਬੇ ਨਾਨਕ ਨੇ ਉਹਦੇ ਸਿਰ 'ਤੇ ਹੱਥ, ਆ ਜਾ ਮਾਰ ਚੌਂਕੜਾ ਫਿਰ ਤੇਰੇ ਅੰਦਰੋਂ ਰੋਗ ਕੱਢਾਂ। ਵਾਹਿਗੁਰੂ 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 ਵਾਹਿਗੁਰੂ। ਜੇ ਕੱਢਣਾ ਚਾਹੁੰਦੇ ਹੋ ਤੇ, ਜੇ ਚਾਹੁੰਦੇ ਹੋ ਕਿਤੇ ਹੋਮੇ ਅੰਦਰੋਂ ਨਿਕਲਦੇ ਤੇ, ਵਾਹਿਗੁਰੂ।
ਸਤ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਸੁਦਰਸ਼ਨ ਰਾਜਾ ਸੀ ਨਾ, ਮਾਮਾ ਲੱਗਦਾ ਸੀ ਮਗਰ ਛੋਟੀ ਰਿਆਸਤ ਦਾ ਸੀ। ਜਿਹੜਾ ਸੁਦਰਸ਼ਨ ਸੀ ਕਵਲ ਨੈਣ ਦਾ ਕੀ ਲੱਗਦਾ? ਮਾਮਾ ਲੱਗਦਾ ਸੀ, ਰਿਆਸਤ ਛੋਟੀ ਸੀ। ਅਤੇ ਕਵਲ ਨੈਣ ਹਮੇਸ਼ਾ ਆਪਣੀ ਸੁਰਤ ਵਿੱਚ ਪਾ ਕੇ ਬੈਠਾ ਸੀ ਵੀ ਮੇਰੀ ਰਿਆਸਤ ਵੱਡੀ ਅਤੇ ਮਾਮੇ ਦੀ ਰਿਆਸਤ ਛੋਟੀ। ਜਦੋਂ ਜਪਾਇਆ ਨਾ ਮੇਰੇ ਸਰਕਾਰ ਨੇ ਅਤੇ ਸਵਾਲ ਪੁੱਛਿਆ ਕਿੰਨੇ, ਸਾਹਿਬ ਗੁਰੂ ਨਾਨਕ ਸਾਹਿਬ ਨੇ, ਕਵਲ ਨੈਣ ਰਾਜਾ ਤੂੰ ਵੱਡਾ ਕਿ ਸੁਦਰਸ਼ਨ ਵੱਡਾ? ਅੱਖ ਵਾਹਿਗੁਰੂ ਇਤਨਾ ਕੱਟਦਾ ਹੈ, ਹੱਥ ਜੋੜ ਕੇ ਕਹਿੰਦਾ ਸਾਹਿਬਾ ਸਾਰੀ ਦੁਨੀਆ ਮੇਰੇ ਤੋਂ ਵੱਡੀ, ਮੈਂ ਸਾਰਿਆਂ ਤੋਂ ਛੋਟਾ। ਫਿਰ ਸੁਦਰਸ਼ਨ ਵੱਲ ਹੋ ਗਿਆ। ਸੁਦਰਸ਼ਨ ਨੂੰ ਕਹਿੰਦੇ ਕਵਲ ਨੈਣ ਵੱਡਾ ਕਿ ਤੂੰ ਵੱਡਾ? ਜਦੋਂ ਗੁਰੂ ਕਰਦਾ ਹੈ ਨਾ ਕਿਰਪਾ, ਕਬੀਰ ਸਭ ਤੇ ਹਮ ਗੁਰੇ, ਇੱਥੇ ਬੋਲਦਾ ਹੈ। ਜਦੋਂ ਬਖਸ਼ਿਸ਼ ਹੁੰਦੀ ਨਾ ਕਿਸੇ ਸਿੱਖ 'ਤੇ, ਤਾਂ ਫਿਰ ਆਪਣੇ ਆਪ ਨੂੰ ਉੱਤਮ ਨਹੀਂ ਮੰਨਦਾ। ਕਬੀਰ ਅੰਦਰੋਂ ਜਾ ਕੇ ਕਹੋ ਭਲਾ ਹਮ ਹਮ ਕਹਿੰਦਾ ਕੋਈ? ਨਾ ਨਾ, ਇੱਥੇ ਕਹਿ ਲੋਗੇ, ਬਾਹਰ ਜਾ ਕੇ ਕਿਤੇ ਵੇਖਿਓ, ਇਹ ਫੀਨੇ ਨੱਕ ਵਾਲੀ ਮੇਰੇ ਵਰਗੀ ਥੋੜ੍ਹੀ ਹੋ ਗਈ, ਇਹ ਚਿੱਟੇ ਰੰਗ ਵਾਲਾ ਮੇਰੇ ਵਰਗਾ ਥੋੜ੍ਹਾ ਹੋ ਗਿਆ, ਇਹ ਛੋਟੀ ਜਿਹੀ ਦੁਕਾਨ ਵਾਲਾ ਮੇਰੇ ਵਰਗਾ ਥੋੜ੍ਹਾ ਹੋ ਗਿਆ, ਅਤੇ ਛੋਟੀ ਦੁਕਾਨ ਵਾਲਾ ਹੈ। ਜਿੱਦਣ ਕਦੀ ਬਿਰਤੀ ਬਣੂੰਗੀ ਇਹ ਕਬੀਰ ਸਭ ਤੇ ਹਮ ਗੁਰੇ, ਹਮ ਤਾਜ ਇਹਦਾ ਮਤਲਬ ਹਮ ਤਾਜ, ਹਮ ਤਾਜ ਦਾ ਮੈਨੂੰ ਛੱਡ ਕੇ ਫਲੋ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਮੇਰਾ ਗੁਰੂ ਗ੍ਰੰਥ ਸਾਹਿਬ ਕਹਿੰਦਾ ਮੇਰਾ ਜੇ ਦੋਸਤ ਵੇਖਣਾ ਨੇ ਨਾ ਦੁਨੀਆਂ 'ਤੇ, ਅਤੇ ਉਹ ਕਹਿੰਦਾ ਸਭ ਤੇ ਹਮ ਬੁਰੇ। ਇਹ ਭਾਵਨਾ ਬਣ ਗਈ ਸੁਦਰਸ਼ਨ ਰਾਜਾ ਵੀ ਕਹਿੰਦਾ ਮੈਂ ਵੀ ਮਾੜਾ ਜੀ। ਝੰਡੇ ਬਾੜੀ ਨੂੰ ਪੁੱਛਿਆ ਤੇਰਾ ਕੀ ਹਾਲ ਆ ਬਈ? ਕਹਿੰਦਾ ਮਹਾਰਾਜ ਇਹ ਤੇ ਰਾਜੇ ਆ, ਮੈਂ ਤੇ ਹਾਂ ਹੀ ਗਰੀਬ। ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ, ਦੇਖ ਤੁਮਾਰਾ ਦਰਸ਼ਨੋ ਮੇਰਾ। ਉਹਨੇ ਕਿਹਾ ਰਾਜਮਾਲ ਰਾਜਮਾਲ ਜੰਜਾਲ ਨਾ ਜਾਨੋ ਕਿਤੇ ਗਨੋ, ਕਿਸੇ ਗੁਣੇ ਵੀ ਨਹੀਂ, ਇਹ ਸਭ ਝੂਠ ਆ, ਇਹ ਤਾਂ ਕਿਸੇ ਕੰਮ ਨਹੀਂ। ਫਿਰ ਮੇਰੀ ਸਰਕਾਰ ਨੂੰ ਕਵਲ ਨਾਲ ਰਾਜਾ ਹੱਥ ਜੋੜ ਕੇ ਕਹਿੰਦਾ ਤੁਸੀਂ ਆਇਓ ਅਤੇ ਮੇਰਾ ਦਿਲ ਕਰਦਾ ਹੈ ਮੇਰੇ ਵਾਲੇ ਤਖ਼ਤ 'ਤੇ ਤੁਸੀਂ ਬਹਿ ਕੇ ਰਾਜ ਕਰੋ। ਕਿਹਨੂੰ? ਤੁਸੀਂ ਇਸ ਤਖ਼ਤ 'ਤੇ ਬਹਿ ਕੇ ਰਾਜ ਕਰੋ। ਅਤੇ ਸਰਕਾਰ ਨੇ ਆਖਿਆ ਤੂੰ ਤਾਂ ਵਿੱਚੋਂ ਨਿਕਲ ਗਿਆ, ਹੁਣ ਨਹੀਂ ਪਤਾ ਲੱਗਾ ਤੇਰੇ ਵਿੱਚੋਂ, ਤੂੰ ਤਾਂ ਨਿਕਲ ਗਿਆ, ਹਉਮੈ ਤਾਂ ਨਿਕਲ ਗਈ। ਅਤੇ ਜਿੱਦਣ ਸਿੱਖ 'ਚੋਂ ਹਉਮੈ ਨਿਕਲਦੀ ਆ ਉਦਨ ਗੁਰੂ ਹਸਤਾ ਵਿੱਚ, ਹੁਣ ਤੇਰੀ ਬੋਡੀ ਬਵੇ ਮੇਰੀ ਬੋਡੀ ਬਵੇ ਇੱਕੋ ਹੀ ਗੱਲ ਆ। ਗੱਲ ਤਾਂ ਸੀ ਵਿੱਚੋਂ ਹਉਮੈ ਕੱਢਣ ਦੀ, ਤਖ਼ਤ 'ਤੇ ਤੂੰ ਹੀ ਬੈਠਾ ਰਹੋ ਮੈਨੂੰ ਕੋਈ ਇਤਰਾਜ਼ ਨਹੀਂ, ਮਗਰ ਤੂੰ ਬਣ ਕੇ ਨਾ ਰਾਜ ਕਰੀ, ਉਸ ਮਾਲਕ ਦੇ ਅਸੂਲਾਂ ਨਾਲ ਰਾਜ ਕਰੀ। ਮਹਾਰਾਜਾ ਰਣਜੀਤ ਸਿੰਘ ਸਾਹਿਬ ਬਾਰੇ ਮੈਂ ਡਾਕੂਮੈਂਟਰੀ ਫਿਲਮ ਇੱਕ ਵੇਖੀ, ਅੱਖ ਵਾਹਿਗੁਰੂ ਅੱਜ ਕੇ ਬੋਲੋ ਨਾ, ਉਹ ਕੱਲ੍ਹ ਪਰਸੋਂ ਦੱਸਣ ਡੇ ਸੀ ਬੀਬੀਸੀ ਵਾਲੇ, ਕਹਿੰਦੇ ਸੀ
40 ਸਾਲ ਦੇ ਰਾਜ ਵਿੱਚ ਉਹ ਤਖ਼ਤ 'ਤੇ ਨਹੀਂ ਬੈਠਾ। ਉਹ ਗੁਰੂ ਕੇ ਸਿੱਖੋ ਕਦੀ ਵੇਖੋ, ਐਵੇਂ ਨਹੀਂ। BBC ਨੇ ਵਰਲਡ ਲੈਵਲ 'ਤੇ ਸਰਵੇ ਕਰਕੇ ਆਖਿਆ ਵੀ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਜੋ ਕੀਤਾ ਉਹਦੇ ਵਰਗਾ ਰਾਜ ਨਹੀਂ ਕਿਸੇ ਕੋਲ ਹੋਇਆ। ਕਿਉਂ ਕਿਉਂ? ਉਹਨੇ ਸਿੱਖਿਆ ਸੀ ਗੁਰੂ ਨਾਨਕ ਕੋਲੋਂ ਰਾਜ ਕਿਸ ਤਰ੍ਹਾਂ ਕਰੀਦਾ। ਜੇ ਕਵਲ ਨੈਣ ਨੂੰ ਗੁਰੂ ਕਹਿ ਸਕਦਾ ਵੀ ਜਦੋਂ ਤੂੰ ਵਿੱਚੋਂ ਨਿਕਲ ਗਿਆ ਤਾਂ ਮੈਂ ਹੀ ਬੈਠਾ ਤਖ਼ਤ 'ਤੇ, ਅਤੇ ਇਹ ਵੀ ਰਾਜਾ ਇਹ ਗੱਲ ਕਹਿੰਦਾ ਸੀ ਵੀ ਤਖ਼ਤ 'ਤੇ ਮੈਂ ਨਹੀਂ ਬੈਠਾ, ਤਖ਼ਤ ਵਾਲਾ ਤਾਂ ਇੱਕੋ ਹੀ ਆ, ਵੱਡਾ ਤੇਰਾ ਦਰਬਾਰ, ਸੱਚੇ ਤਖ਼ਤ ਦਾ ਮਾਲਕ। ਤਖ਼ਤੇ ਰਾਜਾ ਸੋ ਬਹੇ ਜੇ ਤਖ਼ਤੇ ਲੈ ਕੋਈ, ਤਖ਼ਤ ਦਾ ਲੈਗ ਤੇ ਅਕਾਲ ਪੁਰਖੀ ਆ, ਸਾਰੀ ਸ੍ਰਿਸ਼ਟੀ ਦੇ ਤਖ਼ਤ 'ਤੇ ਬੈਠਾ। ਮੈਂ ਤਾਂ ਇੱਕ ਚੌਂਕੀਦਾਰ, ਅਤੇ ਉਹ ਡਾਕੂਮੈਂਟਰੀ ਵਾਲਾ ਕਹਿੰਦਾ ਸੀ ਆਖੋ ਵਾਹਿਗੁਰੂ ਵੀ ਜਦੋਂ ਜਾ ਕੇ ਰਾਜ ਭਾਗ ਦੀ ਕੁਰਸੀ ਉਡਾਉਂਦਾ ਸੀ, ਕੁਰਸੀ 'ਤੇ ਬਹਿੰਦਾ ਸੀ, ਅਤੇ ਕੁਰਸੀ 'ਤੇ ਬਹਿਣ ਤੋਂ ਪਹਿਲਾਂ 2.5 ਘੰਟੇ ਲਗਾਤਾਰ ਉਹਨੇ ਦੱਸਿਆ, ਕਹਿੰਦਾ ਇਸ ਤਰ੍ਹਾਂ ਲੱਤ 'ਤੇ ਲੱਤ ਚਾੜ੍ਹ ਕੇ ਪਦਮ ਆਸਣ ਬਹਿ ਕੇ ਅਤੇ 2.5 ਘੰਟੇ ਬਾਬਾ ਵੀਰ ਸਿੰਘ ਨਰੰਗਾਬਾਦ ਵਾਲਿਆਂ ਕੋਲੋਂ ਸਤਿਗੁਰੂ ਦੀ ਬਾਣੀ ਦਾ ਪਾਠ ਸੁਣਦਾ ਸੀ। ਕੌਣ ਤੁਸੀਂ ਦੱਸੋ ਜਿਹਨੇ 2.5 ਘੰਟੇ ਬਾਣੀ ਸੁਣੀ, ਆਪਣੇ ਗੁਰੂ ਦੀ ਗੱਲ ਸੁਣੀ, ਮੱਤ ਵਿੱਚ ਰਤਨ, ਉਹ ਐਵੇਂ ਨਹੀਂ ਸੀ ਜੇ ਢੇਮਾ ਮਾਰਦੇ ਸੀ ਬੇਰੀ ਨੂੰ ਅਤੇ ਉਹਨੂੰ ਬੇਰੀ ਨੂੰ ਢੇਮ ਮਾਰੀ ਅਤੇ ਵੱਜ ਗਈ ਮਹਾਰਾਜਾ ਰਣਜੀਤ ਸਿੰਘ ਦੇ, ਸੁਣੀ ਜੇ ਕਿ ਨਹੀਂ ਵੱਜ ਗਈ, ਅਤੇ ਸਿਪਾਹੀਆਂ ਨੇ ਫੜ ਕੇ ਲੈਂਦਾ ਵੀ ਇਹਨਾਂ ਤੁਹਾਨੂੰ ਢੇਮ ਮਾਰੀ ਹੈ ਜੀ, ਕਿਹਨੂੰ? ਮਹਾਰਾਜਾ ਰਣਜੀਤ ਸਿੰਘ ਨੂੰ, ਇਹਨੂੰ ਫੜੋ ਜੀ, ਇਹਨੂੰ ਸਜ਼ਾ ਦੇਈਏ। ਬੁਲਾ ਕੇ ਆਖਿਆ ਬੇਟਾ ਬੇਟਾ ਤੁਸੀਂ ਢੇਮਾ ਕਿਉਂ ਮਾਰਦੇ ਹੋ? ਕਹਿੰਦੇ ਜੀ ਬੇਰ ਲੱਤ ਦੇ ਉੱਥੋਂ, ਮੈਂ ਢੇਮ ਤਾਂ ਮਾਰੀ, ਤੁਹਾਨੂੰ ਨਹੀਂ ਸੀ ਜੀ ਮਾਰੀ, ਮੈਂ ਤਾਂ ਬੇਰੀ ਨੂੰ ਮਾਰੀ ਸੀ, ਉਹ ਤੁਹਾਨੂੰ ਕੀ ਦਿੰਦੀ? ਬੇਰ ਦਿੰਦੀ। ਆਖਿਆ ਇਹਨਾਂ ਨੂੰ ਜਿੱਡੀ ਢੇਪ ਮਾਰੀ ਸੀ ਨਾ, ਉਹਨਾਂ ਭਾਰ ਦਾ ਸੋਨਾ ਇਹਨਾਂ ਦੀ ਝੋਲੀ 'ਚ, ਬੱਚਿਆਂ ਦੀ, ਸਾਰਿਆਂ ਦੀ 'ਚ ਪਾ ਦਿਓ। ਜੇ ਇੱਕ ਜੜ ਬੇਰੀ ਇਹ ਢੇਮ ਮਾਰਿਆ ਇਹਨਾਂ ਨੂੰ ਮਿੱਠਾ ਕੁਝ ਦਿੰਦੀ ਆ, ਅਤੇ ਜੇ ਮੈਨੂੰ ਆਣ ਕੇ ਢੇਮ ਵੱਜੀ, ਇਹ ਬਾਬੇ ਨਾਨਕ ਦਾ ਸਿੱਖ ਸੀ, ਇਹ ਬਾਬੇ ਨਾਨਕ ਦੀ ਸਿੱਖੀ ਹੈ, ਇਹਨੂੰ ਸੋਨੇ ਦੀਆਂ ਮੋਹਰਾਂ ਦਿਓ। ਉਹ ਕਦੋਂ ਹੋਇਆ? ਜਦੋਂ ਗੁਰੂ ਨਾਨਕ ਦੀ ਬਾਣੀ ਸੁਣੀ। ਅੱਜ ਵੀ CM ਬਣੇ ਨੇ ਪੰਜਾਬ ਦੇ ਕਿੰਨੇ ਤੁਹਾਡੇ ਸਾਹਮਣੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਆਖਿਆ ਕੋਈ ਸ਼ਬਦ ਸੁਣਾ, ਸੁਣਾਇਆ ਗਿਆ ਉਹਦੇ ਕੋਲੋਂ, ਬੋਲੋ। ਗੁਰੂ ਕਿਰਪਾ ਕਰੇ, ਸਿੱਖ ਦੇ ਅੰਦਰੋਂ ਹਉਮੈ ਨਿਕਲੇ। ਫਿਰ ਭਾਵੇਂ ਦੁਕਾਨ 'ਤੇ ਬੈਠਾ ਹੋਵੇ, ਬੋਡੀ ਸਿੱਖ ਦੀ ਦਿਸੂਗੀ, ਵਰਤ ਵਿੱਚ ਗੁਰੂ ਨਾਨਕ ਰਿਹਾ ਹੋਊਗਾ। ਆਖੋ ਵਾਹਿਗੁਰੂ। ਗੁਰੂ ਕਾ ਸਿੱਖ ਗੁਰਦੁਆਰੇ ਦਾ ਪ੍ਰਧਾਨ ਹੋਏ, ਬੋਡੀ ਮਨਜੀਤ ਸਿੰਘ ਦੀ ਦਿਸੂਗੀ, ਵਰਤ ਵਿੱਚ ਗੁਰੂ ਨਾਨਕ ਰਿਹਾ ਹੋਊਗਾ। ਅਤੇ ਸੱਚੀ ਮੁੱਚੀ ਜਿੱਦਣ ਗੁਰੂ ਨਾਨਕ ਵਰਤ ਕੇ ਫੈਸਲੇ ਕਰੂਗਾ, ਕਿਸੇ ਗੁਰਦੁਆਰੇ 'ਚ ਗਲਤ ਫੈਸਲਾ ਨਹੀਂ ਹੋਊਗਾ, ਕਿਸੇ ਗੁਰਦੁਆਰੇ 'ਚ ਗਲਤ ਮਰਿਆਦਾ ਨਹੀਂ ਚੱਲੂਗੀ। ਆਖੋ ਵਾਹਿਗੁਰੂ। ਕਿਸੇ ਦਾ ਬੁਰਾ ਨਹੀਂ ਹੋਊਗਾ ਜਦੋਂ ਸਿੱਖ ਦੇ ਅੰਦਰ, ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਬੋਲੋ ਹਾਂ, ਫਿਰ ਸਾਰੇ ਕਾਰਜ ਰਾਸ ਹੋਣਗੇ। ਮੇਰੇ ਬਾਬੇ ਨੇ ਕਵਲ ਨਾਲ ਰਾਜੇ ਨੂੰ ਕਿਹਾ, ਰਾਜ ਤੂੰ ਕਰੇ, ਰਾਜ ਮੈਂ ਕਰਾਂ। ਇੱਕ ਗੱਲ ਨੋਟ ਕਰੀ, ਜਿੱਦਣ ਤੂੰ ਦੂਸਰੇ ਰਾਜ ਸੁਣਿਓ ਹੁਣ, ਜਿੱਦਣ ਤੂੰ ਕਿਸੇ ਦੂਸਰੇ ਰਾਜੇ ਨੂੰ ਆਪਣੇ ਤੋਂ ਛੋਟਾ ਸਮਝਿਆ, ਅਤੇ ਜਿੰਨੀ ਤੇਰੀ ਕਮਾਈ ਹੋਈ ਸੜਕੇ ਰਾਖ ਹੋ ਜਾਣੀ। ਤੁਸੀਂ ਵੀ ਨੋਟ ਕਰੋ, ਜਿੱਦਣ ਤੁਸੀਂ ਆਪਣੇ ਗਵਾਂਢੀ ਨੂੰ ਪਾਠ ਕਰਦੇ ਕਰਦੇ ਵੀ, ਬਾਣੀ ਪੜ੍ਹਦੇ ਪੜ੍ਹਦੇ ਵੀ, ਗਵਾਂਢੀ ਨੂੰ
ਲੱਗੇ ਨਿੱਕੇ ਦੁਕਾਨਦਾਰ ਨੂੰ ਆਪਣੇ ਤੋਂ ਛੋਟਾ ਸਮਝਿਆ, ਜੋ ਕੁਛ ਪਾਠ ਕਰਨ ਦੀ ਕਮਾਈ ਆ ਉਹ ਸੜ ਕੇ ਰਾਖ ਹੋ ਜਾਣੀ। ਆਪਣੇ ਆਪ ਨੂੰ ਹਮ ਨਹੀਂ ਚੰਗੇ, ਇੱਥੇ ਬਿਰਤੀ ਰੱਖੋ, ਨੀਵੇਂ ਹੋ ਕੇ ਮਿੱਠਤ ਗੁਣ ਇਸ ਤਰ੍ਹਾਂ ਦੇ ਸੁਭਾਅ ਪਾਲੋ। ਇਹਨਾਂ ਗੱਲਾਂ ਨੂੰ ਸੁਣੋ ਨਾ, ਇਹਨਾਂ ਗੱਲਾਂ ਨੂੰ ਮੰਨ ਕੇ ਅਤੇ ਮਨ 'ਚ ਪ੍ਰੇਮ ਕਰੋ ਵੀ ਮੇਰਾ ਬਾਬਾ ਇਸ ਤਰ੍ਹਾਂ ਦਾ ਸੀ, ਮੇਰੇ ਬਾਬੇ ਦਾ ਉਪਦੇਸ਼ ਦੇਣ ਦਾ ਵੇ ਇਹ ਸੀ ਵੀ ਬਾਬੇ ਬੰਦੇ ਦੇ ਅੰਦਰੋਂ ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸਮਾਏ, ਕਿਰਪਾ ਕਰੇ ਜੇ ਆਪਣੀ, ਜੇ ਹਉਮੈ ਦੂਰ ਕਰਨੀ ਗੁਰੂ ਕਿਰਪਾ ਕਰਦੇ ਅਤੇ ਸਿੱਖ ਅੰਦਰੋਂ ਹਉਮੈ ਤੋਂ ਹੋ ਜੇ ਦੁਖੀ ਅਤੇ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਲੱਗ ਪਏ। ਵਾਹਿਗੁਰੂ 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 ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਦੇ ਸ਼ਬਦੀ ਵਿਚਾਰ ਕਰ ਲਈਏ। ਨਵੇਂ ਪਾਤਸ਼ਾਹ ਦੇ ਧੰਨ ਗੁਰੂ ਨਾਨਕ ਸਾਹਿਬ ਦਾ ਪੁਰਬ ਸੀ ਅੱਜ, ਆਪ ਜੀ ਨੇ ਬਾਬੇ ਦੇ ਗੁਣ ਸੁਣੇ, ਉਹਨਾਂ ਨੂੰ ਧਾਰਨ ਕਰੀਏ, ਸੁਣਿਆ ਮੰਨਿਆ ਮਨ ਕੀਤਾ ਅੰਦਰ ਪ੍ਰੇਮ ਪੈਦਾ ਕਰੋ। ਸੱਚੀ ਮੁੱਚੀ ਜੇ ਗੁਰੂ ਕਹਿੰਦਾ ਹਉਮੈ ਸਭ ਤੋਂ ਵੱਡਾ ਰੋਗ ਆ ਤਾਂ ਕੋਸ਼ਿਸ਼ ਕਰੋ, ਪਹਿਲਾਂ ਵੇਖੋ ਤਾਂ ਸਹੀ ਤੁਹਾਨੂੰ ਇੱਕ ਬਿਮਾਰੀ ਲੱਗੀ ਹੈ ਅਤੇ ਜਿਹੜੀ ਬਿਮਾਰੀ ਦੀ ਦਵਾਈ ਗੁਰੂ ਤੋਂ ਬਿਨਾਂ ਕਿਤੇ ਨਹੀਂ, ਬਿਮਾਰੀ ਦੀ ਦਵਾਈ ਗੁਰੂ ਤੋਂ ਬਿਨਾਂ ਕਿਤੇ ਨਹੀਂ ਹੈਗੀ। ਕੋਈ ਵੱਡਾ ਸਪੈਸ਼ਲਿਸਟ ਤੋਂ ਸਪੈਸ਼ਲਿਸਟ ਡਾਕਟਰ ਵੀ ਕਿਸੇ ਦੇ ਅੰਦਰੋਂ ਹਉਮੈ ਨਹੀਂ ਕੱਢ ਸਕਦਾ, ਹਉਮੈ ਕੱਢ ਸਕਦਾ ਹੈ ਕੇਵਲ ਗੁਰੂ, ਉਹਦੇ ਕੋਲ ਦਵਾਈ ਹੈ। ਉਹ ਕਿਹੜੀ? ਨਾਮ। ਬੋਲੋ ਜੀ, ਨਾਮ ਜਪੋ ਘਰ ਘਰ ਮੇਰੀਆਂ ਬੀਬੀਆਂ, ਬੱਚੇ, ਗੁਰਸਿੱਖ, ਇਹ ਘਰ ਤੁਹਾਡੇ ਸੱਚਖੰਡ ਬਣ ਜਾਣਗੇ, ਇਹ ਘਰ ਤੁਹਾਡੇ ਸਵਰਗ ਬਣ ਜਾਣਗੇ। ਜਦੋਂ ਇੱਕ ਦੂਸਰੇ ਨਾਲ ਪਿਆਰ ਕਰੋਗੇ, ਪਿਆਰ ਕਦੋਂ ਕਰੋਗੇ? ਜਦੋਂ ਹਉਮੈ ਵਿੱਚ ਨਹੀਂ ਹੋ, ਹਉਮੈ ਲੜਦੀ ਮੈਂ ਚੰਗਾ ਮੈਂ ਚੰਗਾ। ਅੱਜ ਵਾਲੇ ਬਚਨ ਸਰਕਾਰ ਨੇ ਕਿਹਾ ਬਲ ਛੁੱਟ ਕੇ ਉਹ ਬੋਲੋ ਬੰਧਨ ਭਰੇ, ਬਲ ਛੁੱਟ ਗਏ ਨੇ ਅਤੇ ਸਾਡੇ ਨਿਤਨੇਮ ਦਾ ਬਲ ਨਹੀਂ ਰਿਹਾ, ਸਿਮਰਨ ਦਾ ਬਲ। ਕਦੀ ਕਾਬਲ ਕੰਧਾਰ ਦੀਆਂ ਕੰਧਾਂ ਜਿਹਨੂੰ ਸ੍ਰਿਸ਼ਟੀ ਦਾ ਸਾਰੇ ਦੇਸ਼ ਰਲ ਕੇ ਨਹੀਂ ਹਰਾ ਸਕੇ, ਜਿੱਦਣ ਤੁਹਾਡੇ ਪੱਲੇ ਨਿਤਨੇਮ ਸੀ ਗੁਰੂ ਕੇ ਸਿੱਖੋ, ਨੋਟ ਕਰੋ, ਜਿੱਦਣ ਸਾਡੇ ਵੱਡੇ ਵਡੇਰਿਆਂ ਦੇ ਕੋਲ ਅਤੇ ਜਿਹਨੂੰ ਕਾਬਲ ਨੂੰ ਅੱਜ ਤੱਕ ਕਿਸੇ ਨਹੀਂ ਜਿੱਤਿਆ, ਸ੍ਰਿਸ਼ਟੀ ਦਾ ਇਤਿਹਾਸ ਬੋਲਦਾ ਹੈ। ਭਾਵੇਂ ਕਾਲੇ ਕਾਂ ਤੁਹਾਨੂੰ ਕਿੰਨਾ ਬਦਨਾਮ ਕਰਨਗੇ, ਸ੍ਰਿਸ਼ਟੀ ਦਾ ਇਤਿਹਾਸ ਬੋਲਦਾ ਹੈ। ਅਤੇ ਬਰਾਕ ਓਬਾਮਾ ਸੀ ਨਾ, ਬਰਾਕ ਓਬਾਮਾ ਜਿਹੜਾ ਸੀ ਉਹਨੇ ਮੋਦੀ ਨੂੰ ਕਿਹਾ ਸੀ ਮੈਂ ਹਰੀ ਸਿੰਘ ਨਲੂਏ ਦਾ ਉੱਥੇ ਸਟੈਚੂ ਲਾਉਣਾ ਚਾਹੁੰਦਾ, ਮੈਨੂੰ ਬਣਾ ਕੇ ਦਿਓ, ਮਗਰ ਇਹਨਾਂ ਕੋਲੋਂ ਚਰਿਆ ਨਾ ਗਿਆ, ਇਹਨਾਂ ਨੇ ਦਿੱਤਾ ਨਹੀਂ। ਉਹ ਕਹਿੰਦਾ ਸੀ ਮੈਂ ਵਾਈਟ ਹਾਊਸ ਦੇ ਅੱਗੇ ਲਾਉਣਾ ਚਾਹੁੰਦਾ ਵੀ ਆਹ ਇੱਕ ਮਰਦ ਆ ਗੁਰੂ ਗੋਬਿੰਦ ਸਿੰਘ ਦਾ ਪੁੱਤ ਜਿਹਨੇ ਕਾਬਲ ਨੂੰ, ਇਹ ਤੁਹਾਡੀ ਕਹਾਣੀ ਜੇ, ਕੋਈ ਅਤਕਥਨੀ ਥੋੜ੍ਹੀ ਵੀ ਪਰਮਜੀਤ ਸਿੰਘ ਸੁਣਾ ਰਿਹਾ, ਇਹ ਤੁਹਾਡਾ ਇਤਿਹਾਸ ਸੀ। ਮਗਰ ਉਹ ਕਦੋਂ ਹੋਇਆ ਅਤੇ ਕਿਉਂ ਹੋਇਆ? ਉਦੋਂ ਪੱਲੇ ਰਹਿਤ ਸੀ, ਉਦੋਂ ਪੱਲੇ ਨਿਤਨੇਮ ਸੀ, ਕੋਈ ਖੂਬਸੂਰਤ ਔਰਤ ਆਣ ਕੇ ਕਹਿੰਦੀ ਸੀ ਮੇਰੇ ਨਾਲ ਨਿਕਾਹ ਕਰਾ, ਮੈਨੂੰ ਤੇਰੇ ਵਰਗਾ ਪੁੱਤ ਚਾਹੀਦਾ। ਆਖੋ ਵਾਹਿਗੁਰੂ
ਕਿਨੂੰ ਕੀ ਕਰਾਂ ਮੇਰੇ ਨਾਲ ਨਿਕਾਹ? ਅਤੇ ਉਹਨੂੰ ਪਤਾ ਕੀ ਕਹਿੰਦਾ ਸੀ, ਮੈਨੂੰ ਹੀ ਆਪਣਾ ਪੁੱਤ ਬਣਾ ਲਾ, ਆਹ ਚੀਜ਼ ਸੀ ਤੁਹਾਡੇ ਮੇਰੇ ਪੱਲੇ, ਅੱਖ ਹੋਏ ਗੁਰੂ ਅੱਜ ਹੈਗੀ ਰਹਿਤ ਮਰਿਆਦਾ ਟੁੱਟ ਗਈ, ਬਲ ਛੁੱਟ ਕੇ ਉਹ ਬੰਧਨ ਭਰੇ, ਅਤੇ ਹੁਣ ਚਾਰ ਚਪੇਰੇ ਜਿੰਨੇ ਮਰਜ਼ੀ ਭੱਜੇ ਫਿਰਦੇ ਜੇ ਕਛੂ ਨਾ ਹੋ ਤਾਂ ਚਲੋ ਮੈਂ ਕਹਿੰਦਾ ਅੱਜ ਵੀ ਮੋੜਾ ਪੈ ਸਕਦਾ ਹੈ ਜੇ ਤੁਸੀਂ ਅਗਲੀ ਤੁਕ ਪੜੋ ਤਾਂ, ਅੱਖ ਹੋਏ ਗੁਰੂ ਕਹੋ ਨਾਨਕ ਬੋਲੋ ਗੱਜ ਜਿਉਂ ਹੋ। ਹੁਣ ਵੀ ਤਾਂ ਆਪਣੀਆਂ ਚਾਤਰੀਆਂ ਕਰਦਾ ਨਾ ਹਰ ਬੰਦਾ, ਹੁਣ ਵੀ ਤਾਂ ਨਵੇਂ ਪਾਤਸ਼ਾਹ ਵਾਲੇ ਬਚਨ ਤਾਂ ਇਹਨੇ ਨਹੀਂ ਆ ਰਿਹਾ ਵੀ ਜੇ ਚਾਰ ਚਪੇਰੇ ਉਹ ਘੇਰਾ ਪੈ ਗਿਆ ਬਲ ਛੁੱਟ ਗਏ ਨੇ ਤਾਂ ਹੁਣੀ ਗੁਰੂ ਅੱਗੇ ਅਰਦਾਸ ਕਰੀਏ। ਤੁਸੀਂ ਦੱਸੋ ਕੋਈ ਕੰਮ ਕਰਨ ਤੋਂ ਪਹਿਲਾਂ ਸਿੱਖ ਅਰਦਾਸ ਕਰਦਾ? ਹੁਣ ਬੋਲੋ ਗੁਰੂ ਕਿਸ, ਕੋਈ ਕੰਮ ਕਰਨ ਤੋਂ ਪਹਿਲਾਂ ਕਿਤੇ ਜਾਣ ਤੋਂ ਪਹਿਲਾਂ ਕੋਈ ਪ੍ਰੋਬਲਮ ਆ ਜਾਂਦੀ ਹੈ ਕੌਮ ਦੇ ਉੱਤੇ ਅਰਦਾਸ ਹੁੰਦੀ? ਆਖੋ ਵਾਹਿਗੁਰੂ। ਜਿੱਦਣ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਹੋਈ ਸੀ, ਤੁਸੀਂ ਕੱਢ ਕੇ ਯੂਟਿਊਬ ਤੋਂ ਕੱਢਿਓ, ਦਾਸ ਨੇ ਕਥਾ ਕੀਤੀ ਸੀ। ਉਹਨਾਂ ਨੇ ਰਾਸ਼ਟਰਪਤੀ ਨੂੰ ਸਾਰੀ ਕੌਮ ਵੱਲੋਂ ਇੱਕ ਪੇਪਰ ਦੇਣਾ ਸੀ ਵੀ ਇਹਦੀ ਫਾਂਸੀ ਮਾਫ਼ ਕਰ ਦਿਉ। ਦਾਸ ਨੇ ਉਦਣ ਬੰਗਲਾ ਸਾਹਿਬ ਕਿਹਾ ਸੀ, ਰਾਸ਼ਟਰਪਤੀ ਨਾਲੋਂ ਕਿਤੇ ਵੱਡਾ ਰਾਸ਼ਟਰਪਤੀ ਗੁਰੂ ਗ੍ਰੰਥ ਸਾਹਿਬ ਬੈਠਾ। ਸਿੱਖੋ ਆਪਣੇ ਗੁਰੂ 'ਤੇ ਭਰੋਸਾ ਕਰੋ ਅਤੇ ਗੁਰੂ ਨੂੰ ਕਹੋ, ਇਹਨਾਂ ਨੇ ਨਹੀਂ ਤੁਹਾਨੂੰ ਜਿੰਨਾ ਦਿੱਤੀ ਉਹ ਥੋੜ੍ਹੇ ਮਾਫ਼ ਕਰਨਗੇ। ਆਖੋ ਵਾਹਿਗੁਰੂ। ਨਹੀਂ ਪਤਾ ਲੱਗਾ, ਸਾਨੂੰ ਕਹਿਣਾ ਪੈਣਾ ਹੈ। ਹੁਣ ਸਾਡਾ ਕੋਈ ਨਹੀਂ ਰਿਹਾ, ਕਹੋ ਨਾਨਕ ਅਬ ਓਟ ਹਰ ਗੱਜ ਜਿਉਂ ਹੋ। ਇਹ ਹਰ ਪ੍ਰਾਣੀ ਨੂੰ ਕਹਿਣਾ ਪੈਣਾ ਹੈ ਵੀ ਸਾਡਾ ਹੁਣ ਕੋਈ ਆਸਰਾ ਨਹੀਂ। ਜਿਸ ਤਰ੍ਹਾਂ ਹਾਥੀ ਨੂੰ ਬਚਾਇਆ ਤੂੰ, ਹਾਥੀ ਦੀ ਕਹਾਣੀ ਆਉਂਦੀ ਕਿ ਨਹੀਂ ਸਾਰਿਆਂ ਨੂੰ? ਕਿਸੇ ਨੂੰ ਨਹੀਂ ਆਉਂਦੀ ਤਾਂ ਹੱਥ ਖੜਾ ਕਰ ਦਿਉ, ਮੈਂ ਸੁਣਾਵਾਂ। ਆਖੋ ਆਉਂਦੀ ਸਾਰਿਆਂ ਨੂੰ ਵੀ ਹਾਥੀ ਪਾਣੀ 'ਚੋਂ ਦੀ ਲੰਘਦਾ ਸੀ ਰੋਜ਼, ਅਤੇ ਵੱਡਾ ਜਾਨਵਰ ਹੋਣ ਕਰਕੇ, ਪਸ਼ੂ ਹੋਣ ਕਰਕੇ ਕਿਸੇ ਦੀ ਪਰਵਾਹ ਨਹੀਂ ਸੀ ਕਹਿੰਦਾ। ਉਹਨੂੰ ਸੰਤ ਕਹਿੰਦੇ ਸੀ, ਭਾਈ ਤੂੰ ਪਾਣੀ 'ਚੋਂ ਦੀ ਲੰਘਦਾ ਹੈ, ਕਿਸੇ ਗੁਰੂ ਪੀਰ ਨੂੰ ਧਿਆ ਲਿਆ ਕਰ। ਅਤੇ ਉਹ ਅੱਗੇ ਗੱਜ ਕਹਿੰਦਾ ਸੀ, ਮੈਂ ਤਾਂ ਸਾਰਿਆਂ ਨਾਲੋਂ ਤਗੜਾ, ਅਸੀਂ ਅੱਜ ਕੀ ਕਹਿੰਦੇ? ਬੋਲੋ ਸਾਡੇ ਵਰਗਾ ਕੌਣ? ਇੱਕ ਦਿਨ ਫਿਰ ਰੱਬ ਨੇ ਉਹਦਾ ਹੰਕਾਰ ਤੋੜਨ ਨੂੰ ਤੰਦੂਆ ਬਣ ਕੇ ਤੰਦੂਆ ਅਤੇ ਦਰਿਆ ਦੇ ਵਿੱਚ ਆਪਣੀਆਂ ਤਾਰਾਂ ਸੁੱਟ ਕੇ ਅਤੇ ਹਾਥੀ ਨੂੰ ਫੜ ਕੇ ਖਿੱਚਿਆ ਅਤੇ ਹਾਥੀ ਕੰਬਿਆ। ਫਿਰ ਮਨ ਦੇ ਵਿੱਚੋਂ ਹੰਕਾਰ ਬੋਲਿਆ, ਤੂੰ ਅਜੇ ਥੋੜ੍ਹਾ ਕਾਬੂ ਆ ਗਿਆ, ਅਜੇ ਤਾਂ ਇੰਨਾ ਕੀ ਖਿੱਚਿਆ, ਜ਼ੋਰ ਲਾ। ਜ਼ੋਰ ਲਾ ਲਾ ਕੇ ਜਦੋਂ ਥੱਕ ਗਿਆ ਹਾਥੀ ਅਤੇ ਖਿੱਚ ਖਿੱਚ ਕੇ ਇੰਨੀ ਕੁ ਸੁੰਡ ਨੰਗੀ ਰਹਿ ਗਈ ਕਿਹਦੀ? ਹਾਥੀ ਦੀ। ਅਤੇ ਟੁੱਟਾ ਹੁਣ ਹੰਕਾਰ, ਹੁਣ ਚੇਤੇ ਆਇਆ, ਰੱਖ ਲਿਓ ਪੱਤ ਮੇਰੀ ਹਰਜੂ, ਰੱਖ ਲਿਓ ਪੱਤ ਮੇਰੀ, ਮੇਰੀ ਪੱਤ ਰੱਖ। ਪੂਰੇ ਸਤਿਗੁਰੂ ਹੀ ਪੱਤ ਰੱਖ, ਪੂਰੇ ਸਤਿਗੁਰੂ ਤੁਸੀਂ ਪੱਤ ਰੱਖੋ ਮੇਰੀ। ਅਤੇ ਫਿਰ ਤੋੜਨਾ ਤਾਂ ਹੰਕਾਰ ਹੀ ਸੀ ਨਾ, ਤੋੜਨਾ ਤਾਂ ਮਾਰਿਆ ਸੁਦਰਸ਼ਨ ਚੱਕਰ, ਉਹਦੀਆਂ ਤਾਰਾਂ ਤੋੜ ਕੇ ਉਹਨੂੰ ਆਜ਼ਾਦ ਕੀਤਾ। ਬਾਬਾ ਤੇਗ ਬਹਾਦਰ ਪਾਤਸ਼ਾਹ ਕਹਿੰਦਾ, ਹੇ ਵਾਹਿਗੁਰੂ ਮੈਨੂੰ ਵੀ ਬੜੇ ਬੰਧਨ ਪੈ ਗਏ ਨੇ, ਪਿਤਾ ਜੀ ਆਪਣੇ ਵੱਲੋਂ ਨਹੀਂ ਸਾਡੇ ਵੱਲੋਂ ਕਹਿ ਰਿਹਾ, ਬਲ ਛੁੱਟ ਕੇ ਉਹ ਕਛੂ ਨਾ ਹੋਤ, ਕਹੋ ਨਾਨਕ ਅਬ ਮਿਲੇ। ਹੁਣ ਤਾਂ
ਤੇਰਾ ਹੀ ਆਸਰਾ ਹੈ, ਤੁਮ ਹੀ ਹੋਤ ਸਭ ਕੁਛ ਤੁਸੀਂ ਕਰ ਸਕਦੇ ਹੋ। ਅੱਜ ਵੀ ਕੌਮ ਕਵੇ ਸੱਚਮੁੱਚੀ ਜਿੰਨਾ ਰੋਣ ਡੈ ਨਾ ਸੀ ਸਿੱਖ, ਇਹਦਾ ਇੱਕੋ ਹੀ ਇੱਕ ਹੱਲ ਹੈ ਗੁਰੂ ਅੱਗੇ ਅਰਦਾਸ। ਤੇ ਸੱਚਮੁੱਚੀ ਸਾਡੀ ਸੁਰਤ ਚੋਂ ਹੀ ਨਿਕਲ ਗਈ ਅਰਦਾਸ ਸਾਡੀ। ਕਦੀ ਕਿਹਨੇ ਭਾਅ ਜੀ ਤੁਸੀਂ ਗੱਲ ਕਰੋ ਸਾਡੀ ਸਿੱਖਾਂ ਦਾ ਕੀ ਬਣੂ, ਭਾਅ ਜੀ ਇੱਥੇ ਆਓ, ਜਿਉਂਦਾ ਜਾਗਦਾ ਗੁਰੂ ਹੈ ਸਭ ਥਾਈ ਹੋਏ ਸਾਰੇ ਆਪਣੇ ਸੇਵਕ। ਇਹ ਕੋਈ ਐਵੇਂ ਲਿਖਿਆ, ਇਹ ਐਵੇਂ ਕਿਤੇ ਸ਼ਬਦ ਲਿਖੇ ਨੇ? ਥੱਲੇ ਮੋਹਰ ਲਾਈ ਆ ਗੁਰੂ ਨਾਨਕ ਸਾਹਿਬ ਨੇ ਆਪਣੇ ਨਾਮ ਦੀ। ਭਰੋਸਾ ਕਰੋ ਸ਼ਬਦ ਤੇ, ਕਰੋ ਅਰਦਾਸ ਸਤਿਗੁਰ ਸਿੱਖ ਕੇ, ਕਿਉਂ ਨਹੀਂ ਕੱਟੂਗਾ? ਵਿੱਚੋਂ ਡਰਿਆ ਅਰਦਾਸ ਕਰਨ ਵਾਲੇ ਨੂੰ ਵਿੱਚੋਂ, ਮੈਂ ਸਿੱਖੀ ਚ ਪੂਰਾ ਨਹੀਂ, ਕਿਆ ਮੂੰਹ ਲੈ ਕੀਤੇ ਅਰਦਾਸ, ਬੋਲੋ ਭਲਾ ਪਕੜ ਜਾ ਰਹੀ ਗੱਲ ਕੀ? ਹਾਂ ਮੇਰੀ ਹਰ ਕਰਤੂਤ ਦਾ ਤੈਨੂੰ ਅਰਦਾਸ ਵੀ ਤੇ ਉਹ ਕਰੇ, ਅਰਦਾਸ ਕਰਨ ਦੀ ਹਿੰਮਤ ਆ ਜਿਹਦੇ ਕੋਲ। ਗੁਰੂ ਅੱਗੇ ਖਲੋਣਾ ਹੈ, ਗੁਰੂ ਕੇ ਚਾਰਜ ਚੂਹੂਰ ਹੈ ਕਿ ਹਾਜ਼ਰ ਸਾਹਮਣੇ ਬੈਠਾ ਹੈ। ਜਿਹੜਾ ਮੰਨ ਕੇ ਅਰਦਾਸ ਕਰੂ ਮੰਨੀ ਵੀ ਉਹਦੀ ਜਾਣੀ ਆ, ਤੇ ਮੰਨ ਕੇ ਅਰਦਾਸ ਉਹ ਕਰੂਗਾ ਜਿਹੜਾ ਦਿਲ ਦਾ ਸਾਫ਼ ਹੋਇਆ, ਦੂਸਰਾ ਨਹੀਂ ਕਰ ਸਕਦਾ। ਉਹ ਤਰ੍ਹਾਂ ਤੇ ਰੋਜ਼ ਅਰਦਾਸਾਂ ਹੋ ਹੀ ਰਹੀਆਂ। ਆਖੋ ਵੇਖ ਗੁਰੂ, ਜਿੱਦਣ ਤੁਸੀਂ ਮੰਨ ਕੇ ਅਰਦਾਸ ਕਰੋ ਕਿ ਮੇਰਾ ਗੁਰੂ ਸਾਹਮਣੇ ਹੈ, ਤੇ ਬੜੀ ਹਿੰਮਤ ਨਾਲ ਗੁਰੂ ਨੂੰ ਕਹੋ ਕਿ ਮਹਾਰਾਜ ਤੁਸੀਂ ਕਹਿੰਦੇ ਸੋ ਜੋ ਜਨ ਤੁਮਰੀ ਭਗਤ ਕਰਨ ਤੇ ਸਾਡੇ ਸਾਰੇ ਕਾਰਜ ਤੁਸੀਂ ਸਵਾਰ ਸਕਦੇ ਹੋ, ਸਭ ਥਾਈ ਹੋਏ ਸਾਰੇ, ਕਰੋ ਸਹਾਇਤਾ ਸਾਡੀ, ਕਰੂ ਨਹੀਂ ਬੋਲੋ ਬਿਰਥੀ ਕਦੇ ਨਾ ਹੋਵੀ, ਜਨ ਬਣ ਕੇ ਕਰੋ। ਅੱਗੇ ਜਾ ਕੇ ਪਾਤਸ਼ਾਹ ਕਹਿੰਦੇ ਜਦੋਂ ਬਲ ਛੁਟਕ ਗਿਆ ਤੇ ਸਾਹਿਬ ਬੋਲੇ ਡਰੀ ਨਾ, ਬਲ ਪੈਦਾ ਕਰ ਆਪਣੇ ਵਿੱਚ ਨਿਤਨੇਮ ਦਾ, ਉੱਚੀ ਬੋਲੋ ਬਸ ਸਮਾਪਤੀ ਕਰੀਏ, ਕਾਹਦਾ ਕੈਪਸੂਲ ਖਾ ਕੇ, ਦਵਾਈਆਂ ਖਾ ਕੇ, ਮਾਸ ਖਾ ਕੇ, ਮੱਛੀ ਖਾ ਕੇ, ਨਿਤਨੇਮ ਦਾ ਬਲ ਪੈਦਾ ਕਰ, ਸਿਮਰਨ ਦਾ ਬਲ ਪੈਦਾ ਕਰ। ਸੱਚਮੁੱਚ ਐਸਾ ਕਰੰਟ ਅੰਦਰ ਪੈਦਾ ਹੋਊਗਾ ਜਿਹਦੇ ਵੱਲ ਵੇਖੇਗਾ ਪੈਰਾਂ 'ਚ ਡਿੱਗ ਪਊ, ਕਰੰਟ ਪੈਦਾ ਹੋਇਆ ਨਹੀਂ। ਜਦੋਂ ਪੈਂਦੇ ਖਾਂ ਚੜ੍ਹ ਕੇ ਆਇਆ, ਸੈਦ ਖਾਂ ਚੜ੍ਹ ਕੇ ਆਇਆ ਤੇ ਤਲਵਾਰ ਕਿਉਂ ਨਾ ਚੱਲੀ? ਐਡਾ ਵੱਡਾ ਸੂਰਮਾ, ਐਡਾ ਵੱਡਾ ਜਰਨੈਲ ਮੇਰੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਮਣੇ ਆਇਆ, ਤਲਵਾਰ ਕਿਉਂ ਨਾ ਚੱਲੀ? ਦੱਸੋ ਜੀ। ਅਗਲੇ ਪਾਸੇ ਉਹਦੀਆਂ ਅੱਖਾਂ 'ਚ ਇੰਨਾ ਬਲ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ 'ਚ, ਹਰ ਵੇਲੇ ਅੱਖ ਚਰਾਉਂਦਾ ਸੀ ਸੈਦ ਖਾਂ। ਸਾਹਿਬ ਨੇ ਘੋੜਾ ਭਜਾ ਕੇ ਫਿਰ ਮੂੰਹ ਅੱਗੇ ਕੀਤਾ ਵੀ ਇੱਧਰ ਵੇਖ ਤੇ ਸਹੀ, ਵੇਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਵੱਲ ਤਲਵਾਰ ਹੱਥੋਂ ਡਿੱਗ ਪਈ। ਮਹਾਰਾਜ ਪਾਤਸ਼ਾਹ ਨੇ ਆਖਿਆ ਚੁੱਕ ਤਲਵਾਰ, ਕਹਿੰਦਾ ਨਹੀਂ ਤਲਵਾਰ ਨਹੀਂ, ਹੁਣ ਜਿਹੜਾ ਤੇਰੇ ਗਲ ਦੇ ਵਿੱਚ ਤਸਬੀਹ ਪਈ ਹੈ, ਤਸਬੀਹ ਮੇਰੇ ਹੱਥ 'ਚ ਫੜਾ ਅਤੇ ਮੈਂ ਖੁਦਾ ਖੁਦਾ ਕਰਿਆ ਕਰਾਂ, ਮੈਨੂੰ ਪਤਾ ਲੱਗ ਗਿਆ ਤੇਰੇ ਨਾਲ ਕੋਈ ਲੰਡ ਯੋਗਾ ਨਹੀਂ, ਵਹਿ ਪ੍ਰਗਟਿਓ ਮਰਦ ਅਗੰਬੜਾ ਹਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ। ਹਰੀ ਸਿੰਘ ਨਲ ਵਿੱਚ ਵੀ ਕਾਹਦਾ ਬਲ ਸੀ, ਨਿਤਨੇਮ ਦਾ, ਸਿਮਰਨ ਦਾ, ਬੰਦਗੀ ਦਾ, ਰਹਿਤ ਮਰਿਆਦਾ ਦਾ। ਬਾਨੋ ਰੋਈ ਸੀ ਜਦੋਂ ਆਖਿਆ ਨਾ ਮੈਨੂੰ ਪੁੱਤ ਬਣਾ ਲਾ, ਤੇ ਉਹਨੇ ਕਿਹਾ ਹਰੀ ਸਿੰਘਾ
ਜੇ ਸਾਰੇ ਸਿੱਖ ਤੇਰੇ ਵਰਗੇ ਹੋਏ, ਜੇ ਸਿੱਖਾਂ ਕੋਲ ਤੇਰੇ ਵਾਲੀ ਐਨਰਜੀ ਹੋਈ ਤੇ ਕਾਬਲ ਤੇ ਕੀ ਤੁਸੀਂ ਦੁਨੀਆ ਫਤਿਹ ਕਰੋਗੇ। ਮਗਰ ਉਹ ਨਿਤਨੇਮ ਦਾ ਬਲ ਗੁਰੂ ਕੇ ਸਿੱਖੋ ਸਾਡੇ ਕੋਲੋਂ ਵੀ ਘੱਟ ਗਿਆ ਹੈ, ਮੁਸਲਮਾਨ ਕੋਲੋਂ ਵੀ ਘੱਟ ਗਿਆ ਅਤੇ ਹਿੰਦੂ ਕੋਲੋਂ ਵੀ ਘੱਟ ਗਿਆ। ਹਰ ਬੰਦਾ ਆਪਣੇ ਕਿਰਦਾਰ 'ਚੋਂ ਗਿਰ ਗਿਆ, ਜਿਹਨੇ ਉਹ ਪਾਇਆ ਹੈ। ਮਗਰ ਸੂਤ ਪਾਏ ਕਰੇ ਬੁਰਿਆਈ, ਕੀ ਜੀ ਸੂਤ ਜਿਹਨੇ ਉਹ ਪਾਇਆ ਹੈ, ਮਗਰ ਕਰਦਾ ਕੀ ਬੁਰੇ ਕੰਮ ਕਰਦਾ। ਫਿਰ ਨਹਾਤਾ ਧੋਤਾ ਥਾਂ ਨਾ ਪਾਈ, ਜਿੰਨਾ ਮਰਜ਼ੀ ਗੰਗਾ 'ਚ ਨਹਾਵੇ ਕਿਸੇ ਥਾਂ ਨਹੀਂ ਪੈਣਾ। ਸਿੱਖੋ ਜਿੰਨੇ ਮਰਜ਼ੀ ਗਾਤਰੇ ਪਾ ਕੇ ਸਰੋਵਰਾਂ 'ਚ ਇਸ਼ਨਾਨ ਕਰੋ, ਕਿਸੇ ਕੰਮ ਨਹੀਂ ਆਉਣੇ। ਕੰਮ ਉਦਣ ਆਉਣੇ ਜਿੱਦਣ ਕਰਦਾਰ ਪੱਕਾ ਹੋਊ। ਤੁਹਾਡਾ ਗਾਤਰਾ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਫੜ ਫੜ ਕੇ ਚੁੰਮੂਗਾ, ਅੱਜ ਤੇਰੇ ਗਲ ਦੇ ਵਿੱਚ ਗਾਤਰਾ ਸੋਹਣਾ ਲੱਗਾ ਕਿਉਂਕਿ ਤੂੰ ਜੀਵਨ ਵਾਲਾ ਹੈ, ਤੂੰ ਇਹੋ ਹੀ ਚੋਲਾ ਮੈਂ ਪਾਇਆ, ਇਹੋ ਚੋਲਾ ਬਾਬੇ ਜਰਨੈਲ ਸਿੰਘ ਨੇ ਪਾਇਆ ਸੀ, ਇਹੋ ਕਿਰਪਾਨ ਮੈਂ ਪਾਈ, ਇਹੋ ਕਿਰਪਾਨ ਉਹਦੇ ਸੀ ਸਰਬਲੋ ਦੀ। ਮਗਰ ਕੱਲ ਕੱਲ ਕਰਦੀ ਉਹਦੇ ਕਿਉਂ ਸੋਹਣੀ ਲੱਗਦੀ ਸੀ, ਉਹਦਾ ਕਿਰਦਾਰ ਸੋਹਣਾ ਸੀ। ਬਾਬੇ ਨਾਨਕ ਦੇ ਪੁੱਤਰੋ, ਇੱਥੇ ਲਿਖਿਆ ਬਲ ਹੋਆ ਰਹਿਤ ਮਰਿਆਦਾ ਦਾ, ਬਲ ਪੈਦਾ ਹੋ ਗਿਆ ਨਾਮ ਸਿਮਰਨ ਦਾ, ਬਲ ਪੈਦਾ ਹੋ ਗਿਆ ਅਤੇ ਬੰਧਨ ਛੁੱਟੇ, ਸਾਰੇ ਬੰਧਨ ਕਿੱਦਣ, ਨਿੱਕੀ ਨਿੱਕੀ ਗੱਲ ਦੇ ਬੰਧਨ ਪਏ ਨੇ ਅੱਜ, ਨਿੰਦਾ ਦਾ, ਚੁਗਲੀ ਦਾ, ਦੂਈ ਦਾ, ਦਵੈਤ ਦਾ ਪੈ ਕੇ ਨਹੀਂ, ਇਹ ਸਾਰੇ ਛੁੱਟਣਗੇ ਜਦੋਂ ਸਿਮਰਨ ਹੋਇਆ, ਬੰਦਗੀ ਹੋਈ। ਟੁੱਟੇ ਬੰਧਨ ਜਾ ਸਕੇ ਹੋਆ ਸਾਧੂ ਸੰਗ, ਹੋਆ ਜਦੋਂ ਗੁਰੂ ਦੀ ਸੰਗਤ ਮਿਲੀ ਅਤੇ ਨਾਮ ਜਪਿਆ, ਸਾਰੇ ਬੰਧਨ ਟੁੱਟਣਗੇ। ਬਲ ਹੋਆ ਬੰਧਨ ਛੁੱਟੇ ਸਭ ਕਿਛ ਹੋਤੇ ਉਪਾਏ, ਜਦੋਂ ਕਹੇਗਾ ਨਾਨਕ ਸਭ ਕਿਛ ਤੁਮਰੇ। ਅਜੇ ਤਾਂ ਆਪਣੀਆਂ ਕੋਸ਼ਿਸ਼ਾਂ ਕਰਦਾ ਏ, ਆਪਣੀਆਂ ਕੋਸ਼ਿਸ਼ਾਂ ਕਰਦਾ ਏ, ਜਿੱਦਣ ਕਦੀ ਪੂਰਾ ਸਰੈਂਡਰ ਹੋ ਕੇ ਕਹੇਗਾ ਨਾ ਨਾਨਕ ਸਭ ਕਿਛ ਤੁਮਰੇ ਤੁਮ ਹੀ ਹੋ। ਇੱਕ ਵਚਨ ਕਰਕੇ ਸਮਾਪਤੀ ਕਰ ਦਿੰਦਾ। ਕਈ ਸਿੱਖ ਕਹਿੰਦੇ ਨੇ ਵੀ ਜਿਹੜਾ ਪਹਿਲਾ ਸਵਈਆ ਹੈ, ਪਹਿਲਾ ਸਲੋਕ ਆ, ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਹੈ, ਅਤੇ ਜਿਹੜਾ ਅਗਲਾ ਬਲ ਹੋਆ ਬੰਧਨ ਛੁੱਟੇ ਇਹ ਗੁਰੂ ਗੋਬਿੰਦ ਸਿੰਘ ਦਾ ਹੈ। ਨਹੀਂ, ਨਾਨਕ ਸ਼ਬਦ ਆਇਆ, ਨਾਨਕ ਸਭ ਕੁਛ ਤੁਮਰੇ ਹੱਥ ਹੀ, ਇਹਦੇ 'ਚ ਦਸਮ ਪਾਤਸ਼ਾਹ ਦੀ ਕੋਈ ਬਾਣੀ ਨਹੀਂ ਗੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਆਖੋ ਇਹ ਗੁਰੂ, ਇੱਥੋਂ ਤੱਕ ਵੀ ਚੰਗੇ ਚੰਗੇ ਗਿਆਨੀ ਵੀ ਇਸ ਤਰ੍ਹਾਂ ਦਾ ਹਵਾਲਾ ਦੇ ਦਿੰਦੇ ਨੇ ਵੀ ਜਿਹੜਾ ਪਹਿਲਾ ਸਵਈਆ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਬਲ ਛੁੱਟ ਕੇ ਉਹ ਬੰਧਨ ਪਰੇ ਵੀ ਮੈਂ ਪਿੰਜਰੇ 'ਚ ਬੰਦ ਹੋ ਗਿਆ। ਇਹੋ ਜਿਹੀਆਂ ਸਟੋਰੀਆਂ ਨਾ ਸੁਣਿਆ ਕਰੋ। ਗੁਰੂ ਤੇਗ ਬਹਾਦਰ ਮਹਾਰਾਜ ਨੇ ਪੂਰੀ ਦੀ ਪੂਰੀ ਪਿਕਚਰ ਬਣਾਈ ਆ ਵੀ ਬੰਦੇ ਦੇ ਅੰਦਰੋਂ ਸਿਮਰਨ ਬੰਦਗੀ ਦਾ ਬਲ ਛੁੱਟ ਗਿਆ ਅਤੇ ਸਾਰੇ ਬੰਧਨ ਉਹਦੇ ਸਿਰ 'ਤੇ ਆਣ ਕੇ ਪੈ ਗਏ। ਜਦੋਂ ਸਿਮਰਨ ਬੰਦਗੀ ਆਈ, ਬਲ ਹੋਆ ਸਭ ਕੁਛ, ਨਾਨਕ ਇਹ ਬਾਬੇ ਨਾਨਕ ਦੀ ਨਾਵੇਂ ਸਰੂਪ ਦੇ ਵਿੱਚ ਵਹਿ ਕੇ ਬਾਣੀਆਂ ਦਸਮ ਪਿਤਾ ਜੀ ਦੀ ਨਹੀਂ, ਇਹਨਾਂ ਨੂੰ ਚੇਤਾ ਰੱਖਿਓ। ਗੁਰੂ ਕਿਰਪਾ ਕਰੇ ਸਾਰਿਆਂ ਦਾ ਭਲਾ ਹੋਵੇ। ਅੰਮ੍ਰਿਤ ਵੇਲੇ ਉੱਠਿਆ ਕਰੋ, ਇਸ਼ਨਾਨ ਕਰਿਆ ਕਰੋ, ਬਾਣੀ ਪੜ੍ਹੋ ਤਾਂ ਕਿ ਸਾਡੇ ਵਿੱਚੋਂ ਐਨਰਜੀ ਬੋਲੋ ਐਨਰਜੀ ਪੈਦਾ ਹੋਵੇ ਅਤੇ ਐਨਰਜੀ ਆਉਂਦੀ ਆ ਸੱਚਮੁੱਚ। ਇਹ ਕੈਪਸੂਲ ਕੀਤਾ ਪਸਾਓ, ਇਹ ਕੈਪਸੂਲਾਂ 'ਚ ਬੜੀ ਐਨਰਜੀ ਜੇ, ਬਾਣੀ ਵਿੱਚ ਬੜੀ ਐਨਰਜੀ ਸੱਚੀ ਮੁੱਚੀ। ਕਿਸੇ ਵੇਲੇ ਕਹਿੰਦਾ ਹੈ ਆ ਲੈ ਸਿਰ,
ਆ ਲੈ ਸਿਰ, ਉਹ ਕਹਿੰਦਾ ਤਿਆਰ ਹਾਂ? ਕਹਿੰਦਾ ਹਾਂ ਤਿਆਰ ਹਾਂ। ਕਾਹਦੇ ਨਾਲ ਤਿਆਰ ਹੋ ਗਿਆ? ਮੈਂ ਤੇ ਰੇਤੀ ਲਾ ਲਈ ਆਰੇ ਨੂੰ ਤੇ ਮੇਰਾ ਆਰਾ ਤਿਆਰ ਹੋ ਗਿਆ, ਤਿੱਖਾ ਹੋ ਗਿਆ, ਤੂੰ ਕਾਹਦੇ ਨਾਲ ਤਿਆਰ ਹੋ ਗਿਆ? ਕਹਿੰਦਾ ਸ੍ਰੀ ਜਪਜੀ ਸਾਹਿਬ ਨਾਲ। ਸੀਨ ਐਨਰਜੀ, ਸੀਨ ਐਨਰਜੀ ਵਿੱਚ ਜਪਜੀ ਦੇ ਵੀ ਇੰਨੀ ਐਨਰਜੀ ਜਿਹੜੀ ਆਰੇ ਨੂੰ ਵੀ ਕਹਿੰਦੀ ਆਰਾ ਪਿਆਰਾ ਲੱਗਦਾ ਹੈ, ਆਰਾ ਮੈਨੂੰ ਤੇ ਤੇਰਾ ਆਰਾ ਪਿਆਰਾ ਲੱਗਦਾ। ਇਹ ਅਵਸਥਾ ਤੱਕ ਜਾਣ ਲਈ ਕੋਈ ਦੁਨੀਆਂ ਦੀ ਦਵਾਈ ਨਹੀਂ, ਕੋਈ ਦੁਨੀਆਂ ਦਾ ਦੁੱਧ ਨਹੀਂ, ਕੋਈ ਦੁਨੀਆਂ ਦਾ ਘਿਓ ਨਹੀਂ, ਬਾਣੀ ਅਤੇ ਸਿਮਰਨ। ਇਹ ਤੁਹਾਡੇ ਵਿੱਚ ਆ ਸਕਦਾ ਹੈ, ਬਾਣੀ ਤੂੰ ਸਾਂਝਾ ਸਾਹਿਬ ਬਾਬਾ ਸਾਰਿਆਂ ਦਾ ਸਾਂਝਾ ਹੈ। ਜਿੰਨੀ ਐਨਰਜੀ ਭਾਈ ਮਤੀ ਦਾਸ ਨੂੰ ਦਿੱਤੀ ਸੀ, ਇਹ ਨਹੀਂ ਕਹੂਗਾ ਮੈਂ ਉਹਨੂੰ ਜ਼ਿਆਦਾ ਦੇਣੀ ਤੈਨੂੰ ਘੱਟ ਦੇਣੀ। ਪੜ੍ਹ ਕੇ ਦੇਖੋ, ਜਿੰਨੇ ਤੁਸੀਂ ਧਿਆਇਓ ਤੈਨੂੰ ਪੂਰਨ ਪ੍ਰਤਾਪ ਪਾਇਓ, ਧਿਆ ਕੇ ਵੇਖੋ, ਗੁਰੂ ਕਿਰਪਾ ਕਰੇ ਜੀ, ਸਾਰਿਆਂ ਦਾ ਭਲਾ ਹੋਵੇ। ਇੱਕ ਅੰਮ੍ਰਿਤ ਵੇਲੇ ਦਾ ਜਵਾਨ ਬਾਕੀ ਹੈ, ਉਹਦੇ ਵਿੱਚ ਆਪ ਜੀ ਹਾਜ਼ਰੀਆਂ ਭਰਨੀਆਂ। ਉੱਚਾ ਸੁੱਚਾ ਜੀਵਨ ਮੇਰਾ ਗੁਰੂ ਤੁਹਾਨੂੰ ਬਖਸ਼ੇ, ਤੁਹਾਡੇ ਚਰਨਾਂ ਸਦਕਾ ਮੈਨੂੰ ਵੀ ਬਖਸ਼ੇ। ਆਪਾਂ ਸਿੱਖੀ ਦੇ ਇਸ ਪੜਾਅ ਦੇ ਵਿੱਚ ਅਲਾਮਾ ਨਾ ਦਵਾਈਏ ਵੀ ਸਿੱਖੀ ਇਸ ਤਰ੍ਹਾਂ ਦੀ ਹੁੰਦੀ, ਕੋਈ ਕਵੇ ਸਿੱਖੀ ਇਸ ਤਰ੍ਹਾਂ ਦੀ ਹੁੰਦੀ। ਇੱਕ ਆ ਇਸ ਤਰ੍ਹਾਂ ਦੀ ਹੁੰਦੀ, ਇੱਕ ਦਾ ਇਸ ਤਰ੍ਹਾਂ ਦੀ ਹੁੰਦੀ, ਆਰੇ 'ਤੇ ਚੜ੍ਹਦੀ, ਚਰਖੜੀਆਂ 'ਤੇ ਚੜ੍ਹਦੀ, ਰੰਬੀਆਂ ਨਾਲ ਸਿਰ ਲਵਾਉਂਦੀ, ਬੱਚਿਆਂ ਦੇ ਟੋਟੇ ਕਰਾ ਕੇ ਉਸ ਪੜਾਅ 'ਤੇ ਕਹਿੰਦਾ ਸੀ ਸਿੱਖੀ ਇਸ ਤਰ੍ਹਾਂ ਦੀ ਹੁੰਦੀ। ਅਤੇ ਉਹ ਸਾਰੀ ਤਾਂ ਆਊਗੀ ਜੇ ਪਾਠ ਕਰੋਗੇ, ਸਿਮਰਨ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।